ਦੇਵੀਆਂ ਦੇਵਤੇ ਬਹੁਤ ਸਾਰੀਆਂ ਅਣਗਿਣਤ ਸ਼ਕਤੀਆਂ ਮੈਦਾਨੀ ਜੰਗ ਦੇ ਇਸ ਘਮਸਾਨ ਦੇ ਯੁੱਧ ਨੂੰ ਦੇਖਣਗੇ। ਜਹ ਲੇਖੇ ਗਏ ਜਿੱਥੇ ਜਿੱਥੇ ਵੀ ਦੇਖਣਗੇ ਲੰਬੇ ਦੂਰ ਤੱਕ ਇਸ ਮੈਦਾਨ ਦੇ ਭਿਆਨਕ ਯੁੱਧ ਦੇ ਤਾਈ ਦੇਖਣਗੇ, ਜਾਣਨਗੇ, ਪਹਿਚਾਨਣਗੇ। ਜਿੱਥੋਂ ਤੱਕ ਵੀ ਦੇਖਣਗੇ, ਜਿੱਥੋਂ ਜਿੱਥੋਂ ਤੱਕ ਵੀ ਨਜ਼ਰ ਉਹਨਾਂ ਦੀ ਪਹੁੰਚੇਗੀ, ਇਸ ਭਿਆਨਕ ਯੁੱਧ ਨੂੰ ਦੇਖਣਗੇ। ਜੱਟ ਗਾਲ ਹੈ ਗਏ ਔਰ ਕੁਝ ਸੂਰਬੀਰ ਇੱਕ ਦੂਸਰੇ ਦੀ ਸੂਰਬੀਰਤਾ ਬਹਾਦਰੀ ਦੀ ਦਾਦ ਦਿੰਦਿਆਂ ਹੋਇਆਂ ਜਸ ਗਾਇਨ ਕਰਨਗੇ। ਜਿਵੇਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਮਕੌਰ ਦੀ ਗੜੀ ਦੇ ਯੁੱਧ ਦਾ ਵਰਣਨ ਕਰਦਿਆਂ ਹੋਇਆਂ ਕਿਹਾ ਹੈ, ਐ ਸ਼ਹਿਨਸ਼ਾਹ, ਜਿੱਥੇ ਤੇਰੇ ਸੈਨਾਪਤੀ ਤੇਰੇ ਕਮਾਂਡਰ ਆਪਣੀਆਂ ਅਣਗਿਣਤ ਫੌਜਾਂ ਦੇ ਨਾਲ ਚਮਕੌਰ ਦੀ ਗੜੀ ਦੀ ਦੀਵਾਰ ਦੇ ਨੀਚੇ ਛੁਪ ਕੇ ਬੈਠੇ ਹੋਏ ਸਨ, ਉਥੇ ਮੈਂ ਦਾਦ ਦੇਵਾਂਗਾ ਨਾਹਰ ਖਾਂ ਪਠਾਨ ਨੂੰ, ਜਿਹੜਾ ਸ਼ੇਰ ਦੇ ਵਾਂਗ ਔਰ ਚਿੱਤੇ ਦੇ ਵਾਂਗ ਬੇਪਰਵਾਹਤਾ ਨਾਲ ਬੇਖੌਫ ਹੋ ਕੇ ਚਮਕੌਰ ਦੀ ਗੜੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਸੀ, ਉਹਦੀ ਸੂਰਬੀਰਤਾ ਦੀ ਦਾਦ ਦੇਵਾਂਗਾ। ਅਸੂਰ ਵੀਰਤਾ ਬਹਾਦਰੀ ਦੇਖਦਿਆਂ ਹੀ ਮੈਂ ਉਹਨੂੰ ਇੱਕ ਆਪਣਾ ਤੀਰ ਇਸ ਲਈ ਬਖਸ਼ ਦਿੱਤਾ, ਇੱਕ ਤੇ ਉਹ ਚਮਕੌਰ ਦੀ ਗੜੀ ਵਿੱਚ ਆਪਣਾ ਕਦਮ ਨਾ ਰੱਖ ਕੇ ਤੇ ਦੂਸਰਾ ਸੂਰ ਵੀਰਤਾ ਦੇ ਨਾਤੇ ਉਹ ਖੁਦਾ ਦੇ ਕਦਮਾਂ ਵਿੱਚ ਵੀ ਪਹੁੰਚ ਜਾਵੇ। ਪਿਆਲਾ ਖੋਲ ਸ੍ਰੀ ਵਾਹ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਦਾ ਨਿਸ਼ਾਨਾ ਜਿਹੜਾ ਮਨੁੱਖ ਵੀ ਬਣ ਜਾਂਦਾ ਹੈ ਉਹ ਹੋਰ ਨਰਕਾਂ ਵਿੱਚ ਨਹੀਂ ਜਾਂਦਾ, ਹੋਰ ਜਨਮਾਂ ਵਿੱਚ ਨਹੀਂ ਜਾਂਦਾ, ਮਾਲਕ ਦੇ ਕਦਮਾਂ ਵਿੱਚ ਪਹੁੰਚ ਜਾਂਦਾ। ਤਾਂਹੀਓ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਇਹ ਹੁਕਮ ਕੀਤਾ ਸੀ ਕਿ ਉਹ ਚੰਦੂ ਦੀਵਾਨ ਤੇ ਕਿਸੇ ਸ਼ਸਤਰ ਦਾ ਵਾਰ ਨਾ ਕਰਨ, ਕਿਉਂਕਿ ਸ਼ਸਤਰ ਦੇ ਵਾਰ ਦੇ ਨਾਲ ਉਹਦੀ ਨਾਪਾਕ ਦੇ ਉਹਦਾ ਅਪਵਿੱਤਰ ਸਰੀਰ ਪਵਿੱਤਰ ਹੋ ਜਾਵੇਗਾ, ਮੇਰੇ ਸ਼ਸਤਰ ਲੱਗਣ ਦੇ ਨਾਲ ਤਾਂ ਉਹ ਬਖਸ਼ਿਆ ਜਾਵੇਗਾ, ਬਿਹਤਰ ਇਹੋ ਹੀ ਹੋਵੇਗਾ। ਹਰ ਸਿੱਖ ਜਿਹੜਾ ਵੀ ਚੰਦੂ ਦੀਵਾਨ ਦੇ ਪਾਸ ਆਵੇ, ਕੋਈ ਹੋਵੇ, ਕੋਈ ਹਿੰਦੂ ਹੋਵੇ, ਕੋਈ ਮੁਸਲਮਾਨ ਹੋਵੇ, ਕੋਈ ਵੀ ਹੋਵੇ, ਜੋ ਵੀ ਚੰਦੂ ਦੇ ਪਾਸ ਆਵੇ, ਮੀਰੀ ਪੀਰੀ ਦੀ ਸਰਕਾਰ ਦਾ ਹੁਕਮ ਸੀ, ਗੁਰੂ ਕੀ ਖੁਸ਼ੀ ਉਹ ਦਿੱਤੇ ਹੋਵੇਗੀ ਜਿਹੜਾ ਇਸ ਨੂੰ ਪੰਜ ਜੁੱਤੀਆਂ ਜ਼ਰੂਰ ਮਾਰੇ। ਪਿਆਲਾ ਖੋਲ ਸ੍ਰੀ ਗੁਰੂ ਗੁਰੂ ਨਾਲ ਧੋਖਾ ਕਰਨ ਵਾਲਿਆਂ ਦੀ ਐਸੀ ਹੀ ਦਸ਼ਾ ਹੁੰਦੀ ਹੈ, ਐਸੀ ਹੀ ਅਵਸਥਾ ਹੁੰਦੀ ਹੈ। ਕਦੇ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਮਿਲੇ ਤਾਂ ਉੱਥੇ ਵੀ ਇੱਕ ਐਸੀ ਯਾਦਗਾਰ ਹੈ ਤੇ ਐਸੀ ਘਟਨਾ ਹੈ ਜਿਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉੱਪਰ ਧੋਖੇ ਨਾਲ ਵਾਰ ਕਰਨ ਦਾ ਯਤਨ ਕੀਤਾ, ਕੋਸ਼ਿਸ਼ ਕੀਤੀ, ਔਰ ਉਸ ਮੌਕੇ ਤੇ ਹਜ਼ੂਰ ਪੰਜ ਇਸ਼ਨਾਨ ਆਪੋ ਹੀ ਕਰ ਰਹੇ ਸਨ। ਹਜ਼ੂਰ ਦੇ ਪਾਸ ਉਸ ਮੌਕੇ ਤੇ ਵੱਡੇ ਸ਼ਸਤਰ ਨਹੀਂ ਸਨ। ਜਦੋਂ ਇਸ ਨੇ ਧੋਖੇ ਨਾਲ ਵਿਸ਼ਵਾਸਘਾਤ ਦੇ ਨਾਲ ਵਾਰ ਕਰਨ ਦਾ ਯਤਨ ਕੀਤਾ, ਕੋਸ਼ਿਸ਼ ਕੀਤੀ, ਹਜ਼ੂਰ ਨੇ ਆਪਣੇ ਕੜਵੇ ਦੇ ਨਾਲ ਇਸ ਨੂੰ ਖਤਮ ਕਰ ਦਿੱਤਾ। ਤੇ ਕਹਿੰਦੇ ਨੇ ਵਿਸ਼ਵਾਸ ਘਾਤੀ ਜਾਣ ਕੇ, ਕਿਉਂਕਿ ਵਿਸ਼ਵਾਸ ਘਾਤੀਆਂ ਨੂੰ ਜਲਦੀ ਜਲਦੀ ਬਖਸ਼ਿਆ ਨਹੀਂ ਜਾਂਦਾ। ਤਾਂਹੀਓ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਹੜਾ ਵਿਸ਼ਵਾਸ ਘਾਤ ਕਰ ਜਾਵੇ, ਜਿਸ ਤੇ ਭਰੋਸਾ ਕਰੀਏ, ਜਿਨ ਪੇ ਤਕੀਆ ਥਾ ਵਹੀ ਪੱਤੇ ਹਵਾ ਦੇਣੇ ਲੱਗੇ, ਜਿਨ੍ਹਾਂ ਤੇ ਕਹਿੰਦੇ ਨੇ ਪੰਛੀ ਨੇ ਆਪਣਾ ਆਲਣਾ ਬਣਾਇਆ ਸੀ, ਜਿਸ ਉਪਰ ਆਸਰਾ ਸੀ, ਜਿਸ ਉਪਰ ਉਹਨੂੰ ਭਰੋਸਾ ਸੀ, ਕਹਿੰਦੇ ਨੇ ਜਦੋਂ ਅੱਗ ਸਿਆਦ ਨੇ ਬਾਲੀ ਤਾਂ ਉਹ ਹੀ ਪੱਤੇ ਹਵਾ ਦੇਣ ਲੱਗੇ, ਤਾਂ ਜੋ ਇਹ ਆਸ਼ੀਆਨਾ ਜਲਦੀ ਜਲਦੀ ਜਲ ਜਾਵੇ, ਸੜ ਜਾਵੇ। ਇਸ ਵਾਸਤੇ ਵਿਸ਼ਵਾਸ ਘਾਤੀ ਉੱਪਰ ਦਸ਼ਮੇਸ਼ ਪਿਤਾ ਜੀ ਨੇ ਸ਼ਸਤਰ ਦਾ ਵਾਰ ਨਾ ਕਰਦਿਆਂ ਹੋਇਆਂ ਆਪਣੇ ਗੜਵੇ ਦੀ ਮਾਰ ਦੇ ਨਾਲ ਹੀ ਇਸ ਨੂੰ ਸਦਾ ਦੀ ਨੀਂਹ ਦੇ ਸਵਾ ਦਿੱਤਾ, ਔਰ ਹੁਕਮ ਕੀਤਾ ਆਪਣੇ ਪਿਆਰੇ ਸਿੱਖਾਂ ਨੂੰ, ਜਿਹੜਾ ਵੀ ਸਿੱਖ ਆਵੇ ਇਸ ਵਿਸ਼ਵਾਸ ਘਾਤੀ ਦੀ ਕਬਰ ਤੇ ਪਹੁੰਚੇ, ਉਹ ਇੱਥੇ ਪੰਜ ਜੁੱਤੀਆਂ ਜ਼ਰੂਰ ਮਾਰੇ। ਅੱਜ ਵੀ ਜਦੋਂ ਵੀ ਕੋਈ ਸਿੱਖ ਮੁਕਤਸਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਜਾਂਦਾ ਹੈ, ਔਰ ਗੁਰਦੁਆਰਾ ਟਿੱਬੀ ਸਾਹਿਬ ਦੇ ਦੀਦਾਰ ਕਰਦਾ ਹੈ, ਗੁਰਦੁਆਰਾ ਰਕਾਬਗੰਜ ਦੇ ਦਰਸ਼ਨ ਕਰਦਾ ਹੈ, ਇੱਥੇ ਵੀ ਗੁਰਦੁਆਰਾ ਰਕਾਬਗੰਜ ਸਾਹਿਬ ਹੈ, ਤੇ ਇਹਦੇ ਪਿਛਲੇ ਪਾਸੇ ਹਜ਼ੂਰ ਜਿੱਥੇ ਦਾਤਨ ਕਰ ਰਹੇ ਸਨ, ਉਸ ਵਿਸ਼ਵਾਸ ਘਾਤੀ ਦੀ ਕਬਰ ਮੌਜੂਦ ਹੈ, ਜਿੱਥੇ ਹਰ ਯਾਤਰੂ ਕੋਈ ਵੀ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਪੰਜ ਛਿੱਤਰ ਜ਼ਰੂਰ ਮਾਰਦਾ ਹੈ। ਪਿਆਰ ਲੱਖੋ ਸ੍ਰੀ ਵਾਹ, ਤੇ ਉਸ ਮੌਕੇ ਤੇ ਕਈਆਂ ਨੂੰ ਇਹਨਾਂ ਜਜ਼ਬਾ ਤੇ ਜੋਸ਼ ਵੀ ਆਉਂਦਾ ਹੈ, ਉਹ ਆਪਣੀਆਂ ਨਵੀਆਂ ਜੁੱਤੀਆਂ ਵੀ ਤੋੜ ਲੈਂਦੇ ਨੇ। ਹਾਂ, ਇਉਂ ਜਿਹੜਾ ਵਿਸ਼ਵਾਸ ਘਾਤ ਕਰਦਾ ਹੈ ਉਹਦੇ ਜੀਵਨ ਉਹਨੂੰ ਸਰੀਰ ਦੇ ਤਿਆਗਣ ਤੋਂ ਬਾਅਦ ਵੀ ਸਜਾਵਾਂ ਮਿਲਦੀਆਂ ਹੀ ਰਹਿੰਦੀਆਂ ਨੇ। ਹਾਂ, ਉਹ ਆਪਣਾ ਸਰੀਰ ਤਿਆਗਣ ਤੋਂ ਬਾਅਦ ਵੀ ਜਲਦਾ ਰਹਿੰਦਾ ਹੈ, ਬਲਦਾ ਰਹਿੰਦਾ ਹੈ। ਤਾਂਹੀਓ ਹਜ਼ੂਰ ਨੇ ਹੁਕਮ ਕੀਤਾ ਚੰਦੂ ਦੀਵਾਨ ਦੇ ਸਿਰ ਵਿੱਚ ਸਿਰਫ ਸ਼ਸਤਰਾਂ ਦਾ ਵਾਰ ਨਹੀਂ ਕਰਨਾ। ਹਜ਼ੂਰ ਕਹਿੰਦੇ ਨੇ ਮਹਿਸੂਸ ਕਰਦੀ
ਬਹਾਦਰੀ ਨੂੰ ਮਹਿਸੂਸ ਕਰਦਿਆਂ ਹੋਇਆਂ ਇੱਕ ਤੀਰ ਬਖਸ਼ ਦਿੱਤਾ, ਇੱਕ ਤੀਰ ਜਿਸ ਦੇ ਕਾਰਨ ਇੱਕ ਤਾਂ ਨਾਹਰ ਖਾਂ ਚਮਕੌਰ ਦੀ ਗੜੀ ਵਿੱਚ ਕਦਮ ਨਾ ਰੱਖ ਸਕਿਆ, ਤੇ ਦੂਸਰਾ ਉਹ ਆਪਣੀ ਬਹਾਦਰੀ ਦਾ ਪ੍ਰਗਟਾਓ ਕਰਦਿਆਂ ਹੋਇਆਂ ਆਪਣੇ ਖੁਦਾਵੰਦ ਕਰੀਮ ਦੇ ਕਦਮਾਂ ਵਿੱਚ ਪਹੁੰਚ ਗਿਆ। ਇਉਂ ਹਜ਼ੂਰ ਨੇ ਬਖਸ਼ਿਸ਼ ਕੀਤੀ, ਇਉਂ ਮਿਹਰਾਮਤ ਕੀਤੀ। ਕੋਈ ਵੀ ਸੂਰਬੀਰ ਹੈ ਮੈਦਾਨੀ ਜੰਗ ਦੇ ਅੰਦਰ, ਜੇ ਉਹ ਆਪਣੇ ਆਦਰਸ਼ ਤੇ ਚੱਲਦਾ ਹੈ ਤੇ ਮਾਲਕ ਦੇ ਦਰ ਤੇ ਉਹ ਪ੍ਰਵਾਨ ਹੋ ਜਾਂਦਾ। ਇਸ ਤਰੀਕੇ ਨਾਲ ਸੂਰਬੀਰ ਜਿਹੜੇ ਨੇ ਮੈਦਾਨੀ ਜੰਗ ਦੇ ਅੰਦਰ ਜਿਹੜੇ ਜੂਹ ਜਾਂਦੇ ਨੇ, ਲੋਕ ਉਹਨਾਂ ਦਾ ਜਸ ਗਾਉਂਦੇ ਨੇ, ਲੋਕ ਉਹਨਾਂ ਦੀ ਬਹਾਦਰੀ ਦੀ ਦਾਦ ਦਿੰਦੇ ਨੇ। ਬੰਗਾਣੀ ਦੇ ਯੁੱਧ ਵਿੱਚ ਵੀ ਇੱਕ ਯਾਦਗਾਰ ਮਿਲਦੀ ਹੈ ਰਾਜੇ ਹਰੀਚੰਦ ਦੀ। ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਗਾਣੀ ਦੇ ਯੁੱਧ ਵਿੱਚ ਇਸ ਰਾਜਪੂਤ ਦੀ ਵੀ ਪੂਰੀ ਪੂਰੀ ਪ੍ਰਸ਼ੰਸਾ ਤੇ ਤਾਰੀਫ ਕੀਤੀ ਹੈ ਜੋ ਹਜ਼ੂਰ ਦੇ ਮੁਕਾਬਲੇ ਵਿੱਚ ਜੂਝ ਗਿਆ। ਔਰ ਇੱਥੇ ਹੀ ਇਸੇ ਥਾਂ ਤੇ ਹੀ ਉਹਦਾ ਸੰਸਕਾਰ ਕੀਤਾ ਗਿਆ ਔਰ ਉਸ ਦੀਆਂ 7 ਰਾਣੀਆਂ ਉਹਦੇ ਨਾਲ ਸਤੀ ਹੋਈਆਂ। ਉਹਦੀ ਯਾਦਗਾਰ ਅੱਜ ਵੀ ਪੰਗਾਣੀ ਦੇ ਪਵਿੱਤਰ ਅਸਥਾਨ ਤੇ ਮੌਜੂਦ ਹੈ ਔਰ ਕਿਸੇ ਵੀ ਸਿੱਖ ਨੇ ਉਹਦੀ ਯਾਦਗਾਰ ਮਿਟਾਉਣ ਦਾ ਯਤਨ ਨਹੀਂ ਕੀਤਾ, ਕਿਉਂਕਿ ਹਜ਼ੂਰ ਨੇ ਆਪਣੀ ਦਸਮ ਗ੍ਰੰਥੀ ਪਵਿੱਤਰ ਰਚਨਾ ਅੰਦਰ ਉਸ ਦੀ ਪ੍ਰਸ਼ੰਸਾ ਕੀਤੀ ਹੈ, ਤਾਰੀਫ ਕੀਤੀ ਹੈ। ਇਸ ਲਈ ਪੰਗਾਣੀ ਦੇ ਮੈਦਾਨੀ ਜੰਗ ਵਿੱਚ ਉਹ ਥਾਂ ਹੋਣ ਦੇ ਬਾਵਜੂਦ ਵੀ ਉਹਦੀ ਬਹਾਦਰੀ ਦੀ ਜਗਦੀ ਮਿਸਾਲ ਕਾਇਮ ਰੱਖੀ ਹੈ ਖਾਲਸਾ ਪੰਥ ਨੇ, ਕਿਉਂਕਿ ਗੁਰੂ ਸਾਹਿਬ ਨੇ ਉਹਦੀ ਬਹਾਦਰੀ ਦੀ ਦਾਦ ਦਿੱਤੀ ਹੈ। ਇਉਂ ਸੂਰਬੀਰ ਜਸ ਗਾਣਗੇ ਮੁਸਕੇ ਆਵੇ ਹੈਗੇ ਤੇ ਸੂਰਬੀਰ ਮੈਦਾਨੀ ਜੰਗ ਦੇ ਅੰਦਰ ਮਾਯੂਸ ਨਹੀਂ ਹੋਣਗੇ। ਕੋਈ ਮੁਸ਼ਕਲ ਆਵੇ, ਕੋਈ ਕਠਿਨਾਈ ਆਵੇ, ਗੁਰੂ ਜੀ ਨੇ ਪ੍ਰੇਰਨਾ ਦਿੱਤੀ ਹੈ, ਗੁਰੂ ਦਾ ਸਿੱਖ ਮੁਸਕਰਾਉਂਦਾ ਰਹੇ, ਉਹਨੂੰ ਚਾਹ ਚੜ ਜਾਵੇ, ਉਹਦੇ ਚਿਹਰੇ ਤੇ ਰੌਣਕ ਹੋਵੇ, ਜਲਾਲ ਹੋਵੇ, ਅੱਖਾਂ ਵਿੱਚ ਨੂਰ ਹੋਵੇ। ਇਹ ਨਹੀਂ ਕਿ ਕੋਈ ਮਾਮੂਲੀ ਜੀ ਘਟਨਾ ਹੋਵੇ ਜਾਂ ਮੈਦਾਨੀ ਜੰਗ ਦੇ ਅੰਦਰ ਸੂਰਬੀਰ ਬਹਾਦਰ ਘਬਰਾ ਜਾਵੇ, ਉਹਦੇ ਚਿਹਰੇ ਦਾ ਰੰਗ ਬਦਲ ਜਾਵੇ, ਐਸਾ ਨਹੀਂ। ਸੂਰਬੀਰ ਮੁਸਕਰਾਣਗੇ, ਖੁਸ਼ ਹੋਣਗੇ, ਪ੍ਰਸੰਨ ਹੋਣਗੇ ਕਿ ਜੇ ਜਾਨ ਧਰਮ ਦੀ ਰੱਖਿਆ ਲਈ ਕੁਰਬਾਨ ਹੋ ਜਾਵੇ ਤੇ ਸੌਦਾ ਕਿਤਨਾ ਸਸਤਾ ਹੋਵੇਗਾ। ਜੀ ਪਰਣ ਪੂਰਾ ਹੈਗੇ, ਆਪਣੇ ਆਪਣੇ ਪਰਣਾ ਦੇ ਤਾਈ, ਆਪਣੀ ਆਪਣੀ ਪ੍ਰਤਿਗਿਆ ਦੇ ਤਾਈ ਸੂਰਬੀਰ ਜਿਹੜੇ ਨੇ ਉਹ ਪੂਰੀ ਕਰਨਗੇ, ਪਰਨ ਜਿਹੜਾ ਹੈ ਉਹ ਤੋੜ ਨਿਭਾਣਗੇ। ਪਰ ਪਰਨ ਕੀਤਾ ਜ਼ਰੂਰ ਜਾਂਦਾ, ਤੁਸਾਂ ਪੜਿਆ ਵੀ ਏ, ਸੁਣਿਆ ਵੀ ਹੈ, ਸ੍ਰੀ ਹਰਿਮੰਦਰ ਸਾਹਿਬ ਜੀ ਉੱਪਰ ਹਮਲਾ ਹੋਣ ਤੋਂ ਪਹਿਲਾਂ 1 ਲੱਖ ਤੋਂ ਵੱਧ ਲੋਕਾਂ ਨੇ ਪਰਨ ਕੀਤੇ ਸਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੋ ਕੇ। ਇਹ ਪ੍ਰਤਿਗਿਆਵਾਂ ਕੀਤੀਆਂ ਸਨ, ਪਰਨ ਕੀਤੇ ਸਨ ਕਿ ਇਹ ਸਾਡਾ ਸਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਤੇਰੇ ਤਖ਼ਤ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਤੁਹਾਡੇ ਚਰਨਾਂ ਵਿੱਚ ਅਰਪਣ ਹੈ। ਅਸੀਂ ਆਪਣਾ ਸੀ ਸਰਪਣ ਕਰਦੇ ਹਾਂ, ਪਰ ਜਦੋਂ ਵਕਤ ਆਇਆ, ਜਦੋਂ ਸਮਾਂ ਆਇਆ, ਸਿਰ ਦੇਣ ਵਾਲੇ ਭੇਟ ਕਰਨ ਵਾਲੇ ਆਪੇ ਹੀ ਸਿਰ ਚੁੱਕ ਕੇ ਦੌੜ ਗਏ ਪਿਆਰਨਾ ਖੋ ਸ੍ਰੀ ਵਾ। ਜਿਵੇਂ ਛੋਟੇ ਛੋਟੇ ਬੱਚੇ ਨਾਲੇ ਪਹਿਲਾਂ ਗੁਰੂ ਮਹਾਰਾਜ ਨੂੰ ਮੱਥਾ ਟੇਕਦੇ ਨੇ, ਫਿਰ ਕਿਤੇ ਦਿਲ ਆਵੇ ਤਾਂ ਆਪੇ ਚੁੱਕ ਕੇ ਪਿਛਾ ਦੌੜਨ ਦੀ ਕੋਸ਼ਿਸ਼ ਵੀ ਕਰਦੇ ਨੇ। ਅਸੀਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਏਡੀ ਵੱਡੀ ਕੀਤੀ ਹੋਈ ਪ੍ਰਤਿਗਿਆ ਨੂੰ, ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਕੀਤੀ ਹੋਈ ਪ੍ਰਤਿਗਿਆ ਨੂੰ ਵੀ ਇਸੇ ਤਰੀਕੇ ਨਾਲ ਹੀ ਤੋੜਨ ਦਾ ਯਤਨ ਕਰਦੇ ਹਾਂ ਪਿਆਰਨਾ ਖੋ ਸ੍ਰੀ ਵਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇੱਕ ਬੱਚੇ ਤੇ ਬੱਚੀ ਦਾ ਆਨੰਦ ਕਾਰਜ ਹੁੰਦਾ, ਤਕਰੀਬਨ 3 ਅਰਦਾਸਾਂ ਕੀਤੀਆਂ ਜਾਂਦੀਆਂ ਨੇ ਕਿ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰਨੀਆਂ, ਮਿਹਰਾਮਤਾਂ ਕਰਨੀਆਂ, ਪਰ ਬੱਚੇ ਸਾਡੇ ਬੱਚੇ ਬੱਚੀਆਂ ਉਸ ਪਰਨ ਨੂੰ, ਉਸ ਪ੍ਰਤਿਗਿਆ ਨੂੰ ਕਿਵੇਂ ਤੋੜਦੇ ਨੇ ਉਹ ਵੀ ਲੋਕਾਂ ਦੇ ਸਾਹਮਣੇ। ਪਰ ਜਦੋਂ ਕੋਈ ਲੋਕ ਅਕਾਲ ਤਖ਼ਤ ਤੇ ਪਰਨ ਕਰਕੇ ਪਰਨ ਤੋੜ ਦਿੰਦੇ ਨੇ, ਫਿਰ ਅਸੀਂ ਇਹਨਾਂ ਬੱਚਿਆਂ ਤੇ ਬੱਚੀਆਂ ਨੂੰ ਕੀ ਕਹਿ ਸਕਾਂਗੇ ਪਿਆਰਨਾ ਖੋ ਸ੍ਰੀਵਾ। ਹਜ਼ੂਰ ਵਰਣਨ ਕਰ ਰਹੇ ਨੇ ਇੱਥੇ ਮੈਦਾਨੀ ਜੰਗ ਦੇ ਅੰਦਰ ਸੀਸ ਦੇ ਕੇ, ਜਿੰਦ ਤੇ ਜਾਨ ਦੇ ਕੇ ਵੀ ਸੂਰਬੀਰ ਬਹਾਦਰ ਆਪਣੇ ਪਰਨ ਪੂਰੇ ਕਰਨਗੇ, ਆਪਣੇ ਪਰਨ ਨੂੰ ਤੋੜ ਨਿਭਾ ਦੇਣਗੇ। ਰੂ ਰਹਿ ਗਏ ਦਰਥ ਹੈ ਰੁਲਣਾ, ਰਾਜ ਦਰਥ ਹੈ ਧੂੜ। ਮੈਦਾਨੀ ਜੰਗ ਦੀ ਧੂੜ ਦੇ ਅੰਦਰ ਸੂਰਬੀਰ ਇੰਜ ਰੁਲਣਗੇ ਜਿਵੇਂ ਕੇਸਰ ਤੇ ਕਸਤੂਰੀ ਵਿੱਚ ਕੋਈ ਰੁਲ ਰਿਹਾ ਹੋਵੇ। ਕਹਿੰਦੇ ਨੇ ਮੈਦਾਨੀ ਜੰਗ ਦੇ ਅੰਦਰ ਜਿਹੜੇ ਲੋਕ ਸ਼ਹੀਦ ਹੁੰਦੇ ਨੇ, ਜ਼ਰੂਰੀ ਨਹੀਂ ਕਿ ਉਹਨਾਂ ਦੇ ਉੱਪਰ ਕੋਈ ਕੀਮਤੀ ਕਫਨ ਪਾ ਦੇਵੇ। ਜ਼ਰੂਰੀ ਨਹੀਂ ਹੁੰਦਾ ਸੂਰਬੀਰਾਂ ਦੀਆਂ ਲਾਸ਼ਾਂ ਦੇ ਉੱਪਰ, ਸੂਰਬੀਰਾਂ ਦੀਆਂ ਦੇਹਾਂ ਦੇ ਉੱਪਰ ਕੋਈ ਕੀਮਤੀ ਦੁਸ਼ਾਲੇ ਚੜਾ ਦੇਵੇ, ਕਿਉਂਕਿ ਕਈ ਵਾਰੀ ਤਾਂ ਮੌਕਾ ਵੀ ਨਹੀਂ ਮਿਲਦਾ, ਸਮਾਂ ਵੀ ਨਹੀਂ ਮਿਲਦਾ ਕਿ ਉਹਨਾਂ ਦੇ ਸਰੀਰ ਸੰਭਾਲੇ ਜਾ ਸਕਣ। ਪਰ ਸੂਰਬੀਰ ਇਹ ਕਾਮਨਾ ਨਹੀਂ ਕਰਦੇ, ਸੂਰਬੀਰਾਂ ਦੀ ਇਹ ਵੀ ਤਮੰਨਾ ਨਹੀਂ ਹੁੰਦੀ ਕਿ ਉਹਨਾਂ ਤੇ ਕੋਈ ਦੁਸ਼ਾਲਾ ਪਾ ਦੇਵੇ। ਸੂਰਬੀਰ ਇਹ ਵੀ ਖਿਆਲ ਇਸ ਖਿਆਲ ਨਾਲ ਨਹੀਂ ਜੂਝਦੇ ਉਹਨਾਂ ਉੱਪਰ ਕੋਈ ਕੀਮਤੀ ਕਫਨ ਪਾਇਆ ਜਾਵੇ। ਸੂਰਬੀਰ ਇਹ ਵੀ ਨਹੀਂ ਸੋਚਦੇ ਕਿ ਉਹਨਾਂ ਨੂੰ ਚੰਦਨ ਦੀ ਲੱਕੜੀ ਵਿੱਚ ਜਲਾਇਆ ਜਾਵੇ। ਉਹ ਤਾਂ ਸਮਝਦੇ ਨੇ ਕਿ ਜਦੋਂ ਤੱਕ ਸੀਸ ਗੁਰੂ ਦੇ ਚਰਨਾਂ ਵਿੱਚ ਕੁਰਬਾਨ ਨਾ ਹੋ ਜਾਵੇ ਉਦੋਂ ਤੱਕ ਸਾਰਾ ਕੁਝ ਨਿਸ਼ਫਲ ਹੀ ਨਿਸ਼ਫਲ ਹੈ।
ਤੇ ਜੇ ਗੁਰੂ ਤੋਂ ਜੀਵਨ ਕੁਰਬਾਨ ਹੋ ਜਾਵੇ ਫਿਰ ਤੂੜੀ ਵਿੱਚ ਲੁਡੰਦੜੀ ਸੋਹਾ, ਤੂੜੀ ਵਿੱਚ ਲੁਡੰਦੜੀ ਸੋਹਾ। ਸਲੋਕ ਵਾਰਾਂ ਤੇ ਵਧੀਕ ਮਹੱਲਾ ਪੰਜਵਾਂ, ਉਹਦੇ ਕੂਚੇ ਦੀ, ਉਹਦੇ ਦਰ ਘਰ ਦੀ, ਜਿੱਥੇ ਉਹਦੀਆਂ ਸੰਗਤਾਂ ਜੋੜੇ ਉਤਾਰਦੀਆਂ ਨੇ, ਕਿਤੇ ਉਸ ਧੂੜੀ ਵਿੱਚ ਲੇਟਣ ਦਾ ਮੌਕਾ ਮਿਲ ਜਾਵੇ ਤੇ ਇਸ ਜੀਵਨ ਦੇ ਅੰਦਰੋਂ ਜ਼ਿੰਦਗੀ ਵਿੱਚੋਂ ਜ਼ਿੰਦਗੀ ਵਿੱਚੋਂ ਮਹਿਕ ਉੱਠੇਗੀ, ਜਿਸ ਦੇ ਨਾਲ ਉਹ ਗੁਰੂ ਦਾ ਪਿਆਰਾ ਚੌਗਿਰਦੇ ਹੋਰ ਲੋਕਾਂ ਦੇ ਜੀਵਨ ਨੂੰ ਵੀ ਮੁੰਬਰ ਕਰ ਦੇਵੇਗਾ, ਮਹਿਕਾ ਸਕੇਗਾ। ਇਸ ਲਈ ਸੂਰਬੀਰਾਂ ਵਾਸਤੇ ਮੈਦਾਨੇ ਜੰਗ ਦੀ ਧੂੜੀ, ਧਰਮ ਯੁੱਧ ਦੀ ਜਿਹੜੀ ਮਿੱਟੀ ਇਹ ਖਾਕ ਹੈ, ਉਹ ਹੀ ਉਹਨਾਂ ਵਾਸਤੇ ਕੇਸਰ ਹੈ, ਉਹਦੇ ਵਾਸਤੇ ਕਸਤੂਰੀ ਹੈ। ਇਵੇਂ ਸੂਰਬੀਰ ਜਿਹੜੇ ਨੇ ਰਾਜ ਧੂੜ ਵਿੱਚ ਰੁਲਣਗੇ, ਧਰਤੀ ਦੀ ਧੂੜ ਵਿੱਚ ਉਹਨਾਂ ਦੀਆਂ ਲਾਸ਼ਾਂ ਰੁਲਣਗੀਆਂ। ਰਣ ਰਾਜਾ ਹੈਗੇ ਮੈਦਾਨੀ ਜੰਗ ਦੇ ਅੰਦਰ, ਸੂਰਬੀਰ ਰਾਜਾ ਹੈਗੇ, ਸੋਭਨੀਕ ਹੋਣਗੇ, ਸੋਹਣੇ ਲੱਗਣਗੇ। ਮੈਦਾਨੀ ਜੰਗ ਦੇ ਅੰਦਰ ਜੂਝਦਿਆਂ ਉਹਨਾਂ ਦੀ ਸ਼ੋਭਾ ਦੀ ਵਿਆਖਿਆ ਨਹੀਂ ਕੀਤੀ ਜਾ ਸਕੇਗੀ। ਗਣ ਰਾਜਾ ਹੈਗੇ ਤੇ ਬਹੁਤ ਸਾਰੇ ਜਿਹੜੇ ਕਮਜ਼ੋਰ ਲੋਕ ਨੇ, ਕਾਇਰ ਲੋਕ ਨੇ, ਉਹਨਾਂ ਦੀ ਬਹਾਦਰੀ ਦੇਖ ਕੇ ਸ਼ਰਮਿੰਦੇ ਹੋਣਗੇ, ਸ਼ਰਮਸਾਰ ਹੋਣਗੇ। ਰਤ ਮੰਡਾ ਹੈਗੇ ਕਹਿੰਦੇ ਨੇ ਇਸ ਤਰ੍ਹਾਂ ਸੂਰਬੀਰ ਮੈਦਾਨੀ ਜੰਗ ਦੇ ਅੰਦਰ ਕ੍ਰੋਧ ਵਿੱਚ ਵੀਰਤਾ ਵਿੱਚ, ਰਿਸ ਗੁੱਸੇ ਵਿੱਚ, ਕ੍ਰੋਧ ਵਿੱਚ ਵੀਰਤਾ ਵਿੱਚ ਯੁੱਧ ਨੂੰ ਸ਼ੁਭ ਕਰਨਗੇ, ਭੂਖਸ਼ਿਤ ਕਰਨਗੇ, ਯਾਨੀ ਜੰਗ ਕਰਨਗੇ। ਸਾਰੇ ਛੰਡਾ ਹੈਗੇ ਇਸ ਤਰੀਕੇ ਨਾਲ ਇੱਕ ਦੂਸਰੇ ਦੇ ਉੱਪਰ ਤੀਰਾਂ ਦੇ ਤਾਈ ਛੰਡਾ ਹੈਗੇ ਛੱਡੀ ਜਾਣਗੇ, ਤੀਰ ਚਲਾਈ ਜਾਣਗੇ। ਰਣ ਜੂਟਾ ਹੈਗੇ ਮੈਦਾਨੀ ਜੰਗ ਦੇ ਅੰਦਰ ਸੂਰਬੀਰ ਯੁੱਧ ਕਰਨ ਵਾਸਤੇ ਜੁਟਣਗੇ, ਯੁੱਧ ਹੋਵੇਗਾ, ਇਸ ਤਰੀਕੇ ਨਾਲ ਮੁਕਾਬਲਾ ਹੋਵੇਗਾ। ਅਣਗਿਣਤ ਫੌਜਾਂ ਨੇ, ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ। ਪਿਆਰ ਲੱਖੋ ਸ੍ਰੀ ਵਾਹਿ ਸੌ ਸਾਥੀ ਵਿੱਚ ਵੀ ਇੱਕ ਘਟਨਾ ਆਈ ਹੈ, ਕਿਉਂਕਿ ਵਿਸਤਾਰ ਨਾਲ ਯੁੱਧ ਦਾ ਵਰਣਨ ਕਰ ਰਹੇ ਨੇ, ਨਾਲ ਨਾਲ ਥੋੜੀ ਕੋਈ ਇਤਿਹਾਸਕ ਘਟਨਾ ਸਮਝ ਲਵੀਏ ਤਾਂ ਮਜ਼ਮੂਨ ਥੋੜਾ ਜਿਹਾ ਦਿਲਚਸਪ ਬਣ ਜਾਂਦਾ। ਸੌ ਸਾਖੀ ਵਿੱਚ ਵੀ ਇਹ ਕਥਾ ਮਿਲਦੀ ਹੈ, ਸ੍ਰੀ ਗੁਰੂ ਪ੍ਰਤਾਪ ਸੂਚ ਗ੍ਰੰਥ ਵਿੱਚ ਵੀ ਇਸ ਕਥਾ ਦਾ ਵਰਣਨ ਕੀਤਾ ਗਿਆ ਹੈ, ਕਿਉਂਕਿ ਕੁਝ ਘਟਨਾਵਾਂ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਵੀ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਲਿਖੀਆਂ ਨੇ, ਜਿਹੜੀਆਂ ਇਤਿਹਾਸਕ ਦ੍ਰਿਸ਼ਟੀ ਤੋਂ ਆਪਣੀ ਮਹਾਨਤਾ ਰੱਖਦੀਆਂ ਹਨ। ਅਨੰਦਪੁਰ ਦੀ ਪਾਵਨ ਧਰਤੀ ਤੇ ਸ੍ਰੀ ਅਨੰਦਗੜ੍ਹ ਦੇ ਕਿਲੇ ਅੰਦਰ ਸਜੇ ਹੋਏ ਦੀਵਾਨ ਅੰਦਰ ਜਦੋਂ ਅਣਗਿਣਤ ਸੰਗਤਾਂ ਹਜ਼ੂਰ ਦੇ ਚਰਨਾਂ ਵਿੱਚ ਸ਼ਿਸ਼ੋਭਤ ਨੇ, ਤਾਂ ਇੱਕ ਫਕੀਰ ਆਇਆ ਜੋ ਮਦਾਰ ਇੱਕ ਸੰਪਰਦਾ ਹੈ। ਜਿਵੇਂ ਮਦਾਰ ਇੱਕ ਸੰਪਰਦਾ ਹੈ, ਜਿਵੇਂ ਉਦਾਸੀ ਸੰਪਰਦਾ ਹੈ, ਸੰਨਿਆਸੀ ਨੇ, ਵੈਰਾਗੀ ਨੇ, ਯੋਗੀ ਨੇ, ਇਹ ਅਨੇਕਾਂ ਸੰਪਰਦਾਵਾਂ ਹਨ। ਇਸੇ ਤਰ੍ਹਾਂ ਸੂਫੀ ਹਨ, ਮਦਾਰ ਫਕੀਰ ਵੀ ਸਮਝੇ ਜਾਂਦੇ ਨੇ। ਮਦਾਰ ਫਕੀਰ ਆਇਆ ਜਿਸ ਦੇ ਕੱਪੜੇ ਬੜੇ ਅਜੀਬ ਤਰੀਕੇ ਦੇ ਨੇ, ਸਿਰ ਦੀ ਜਿਹੜੀ ਉੱਪਰਲੀ ਟੋਪੀ ਏ ਉਹਦਾ ਰੰਗ ਕੁਝ ਨੀਲਾ ਜਿਹਾ, ਜਿਹੜੀ ਉਹਨੇ ਤਹਿਮਤ ਬੱਧੀ ਹੋਈ ਏ ਉਹ ਬਿਲਕੁਲ ਲਾਲ ਰੰਗ ਦੀ ਏ, ਗਲ ਵਿੱਚ ਜਿਹੜੀ ਉਹਨੇ ਛੋਟੀ ਜਿਹੀ ਕਮੀਜ਼ ਪਾਈ ਹੋਈ ਏ ਉਹਦਾ ਰੰਗ ਜਿਹੜਾ ਹੈ ਉਹ ਖੱਟਾ ਜਿਹਾ ਪ੍ਰਤੀਤ ਹੁੰਦਾ, ਬਸੰਤੀ ਰੰਗ ਨਜ਼ਰ ਆਉਂਦਾ। ਇਕਦਮ ਜਦੋਂ ਉਹ ਆਇਆ ਤਾਂ ਸੰਗਤਾਂ ਦੀ ਨਜ਼ਰ ਉਹਦੀ ਤਰਫ ਗਈ, ਉਹਦੇ ਹੱਥ ਵਿੱਚ ਅਲੌਕਿਕ ਫੁੱਲ ਸਨ ਜਿਹੜੇ ਇਸ ਧਰਤੀ ਦੇ ਨਹੀਂ ਸਨ, ਜਿਹੜੇ ਕਦੇ ਕਿਸੇ ਨੇ ਦੇਖੇ ਨਹੀਂ। ਉਹ ਅਜੀਬ ਕਿਸਮ ਦੇ ਫੁੱਲ ਲੈ ਕੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਸਜਦਾ ਕਰਨ ਵਾਸਤੇ ਆਇਆ, ਹਜ਼ੂਰ ਦੇ ਕਦਮਾਂ ਵਿੱਚ ਉਹਨੇ ਫੁੱਲ ਭੇਟ ਕੀਤੇ, ਸਜਦਾ ਕੀਤਾ, ਨਮਸਕਾਰ ਕੀਤੀ, ਔਰ ਹਜ਼ੂਰ ਨੇ ਖੁਦਾ ਦਾ ਦਰਵੇਸ਼ ਸਮਝ ਕੇ ਮੁਸਕਰਾਉਂਦਿਆਂ ਹੋਇਆਂ ਸਤਿਕਾਰ ਦਿੰਦਿਆਂ ਹੋਇਆਂ ਕਿਹਾ, ਐ ਦਰਵੇਸ਼ ਤੂੰ ਤੇ ਖੁਦਾ ਦਾ ਦਰਵੇਸ਼, ਖੁਦਾ ਦੇ ਬੰਦਿਆਂ ਦੀਆਂ ਤੇ ਅਸੀਸਾਂ ਹੀ ਬਹੁਤ ਹੁੰਦੀਆਂ ਨੇ, ਤੁਹਾਡੀਆਂ ਤੇ ਸ਼ੋਭਿਸ਼ਾਵਾਂ ਹੀ ਬਹੁਤ ਨੇ, ਕਿਉਂਕਿ ਖੁਦਾ ਦੇ ਬੰਦੇ ਵਾਹਿਗੁਰੂ ਦੇ ਸੇਵਕ ਜੇ ਕਿਤੇ ਅਸੀਸ ਦੇ ਦੇਣ, ਮਨੋਂ ਨਿਕਲੀ ਹੋਈ ਅਸੀਸ ਬੜੇ ਔਖੇ ਮੌਕੇ ਤੇ ਕੰਮ ਆਉਂਦੀ ਏ, ਔਰ ਮੁਸ਼ਕਲ ਦੇ ਮੌਕੇ ਤੇ ਡੁੱਬਦੇ ਬੇੜੇ ਪਾਰ ਹੋ ਜਾਂਦੇ ਨੇ। ਤੁਹਾਡੀ ਤੇ ਅਸੀਸ ਹੀ ਬਹੁਤ ਸੀ, ਤੁਸੀਂ ਆਏ ਹੋ ਇੰਨਾ ਹੀ ਕਾਫੀ ਸੀ, ਆ ਇਤਨੇ ਸੁੰਦਰ ਫੁੱਲ ਲਿਆਉਣ ਦੀ ਕਿਉਂ ਖੇਚਲ ਕੀਤੀ। ਫਕੀਰ ਨੇ ਜਵਾਬ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਦੋਂ ਵੀ ਕਿਸੇ ਮੁਰਸ਼ਦ ਦੇ ਪਾਸ ਚਾਹੀਏ, ਕਿਸੇ ਬਜ਼ੁਰਗ ਦੇ ਪਾਸ ਚਾਹੀਏ, ਬਜ਼ੁਰਗ ਕਹਿੰਦੇ ਨੇ ਖਾਲੀ ਹੱਥੀ ਉਹਨਾਂ ਦੇ ਪਾਸ ਜਾਣਾ ਅੱਛਾ ਨਹੀਂ ਹੁੰਦਾ। ਤਾਂਹੀਓ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਸੀ ਕਿ ਗੁਰੂ ਦਰਬਾਰ ਵਿੱਚ ਜਦੋਂ ਮੱਥਾ ਟੇਕਣ, ਉਹ ਜੇ ਜ਼ਿਆਦਾ ਨਹੀਂ ਤਾਂ ਦੋ ਪੈਸੇ ਜ਼ਰੂਰ ਮੱਥਾ ਟੇਕਣ, ਇੱਕ ਟਕਾ ਦੋ ਪੈਸੇ ਜ਼ਰੂਰ ਮੱਥਾ ਟੇਕਣ। ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੁਕਮ ਕੀਤਾ ਸੀ,
ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ, ਕੜਾ ਪ੍ਰਸ਼ਾਦੀ ਦੇਗ ਸਜਾ ਕੇ ਪਿਆਲਾ ਖੋਲ ਸ੍ਰੀ ਵਾਹਿ, ਜਿਵੇਂ ਕਿ ਕੜਾ ਪ੍ਰਸ਼ਾਦੀ ਮਰਿਆਦਾ ਤੇ ਪਰੰਪਰਾ। ਹੁਣ ਤਾਂ ਅਸੀਂ ਆਸਤਾ ਆਸਤਾ ਇਹ ਪਰੰਪਰਾਵਾਂ ਛੱਡਦੇ ਜਾਂਦੇ ਹਾਂ। ਕੜਾ ਪ੍ਰਸ਼ਾਦ ਦੀ ਦੇਗ ਬਣਾਉਣ ਵੇਲੇ ਦੇਗ ਬਣਾਉਣ ਵਾਲੇ ਨੂੰ ਸਣ ਕੇ ਅਸੀਂ ਇਸ਼ਨਾਨ ਕਰਨਾ ਚਾਹੀਏ, ਧੋਤੇ ਹੋਏ ਵਸਤਰ ਸਾਫ਼ ਵਸਤਰ ਪਹਿਨਣੇ ਚਾਹੀਏ। ਜਦੋਂ ਤੱਕ ਕੜਾ ਪ੍ਰਸ਼ਾਦ ਬਣਾਉਣਾ ਉਦੋਂ ਤੱਕ ਕੋਈ ਗੱਲਬਾਤ ਨਹੀਂ ਕਰਨੀ, ਮੁੱਖ ਦੇ ਉੱਪਰ ਕੱਪੜਾ ਬੰਨ ਕੇ ਰੱਖਣਾ ਤਾਂ ਜੋ ਸਾਸ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਥੁੱਕ ਕੜਾ ਪ੍ਰਸ਼ਾਦ ਤੱਕ ਨਾ ਪਹੁੰਚ ਜਾਵੇ, ਕਿਉਂਕਿ ਕੜਾ ਪ੍ਰਸ਼ਾਦ ਉਹ ਪ੍ਰਸ਼ਾਦ ਹੈ ਜੋ ਵਾਹਿਗੁਰੂ ਜੀ ਨੇ ਆਪ ਪ੍ਰਵਾਨ ਕਰਨਾ। ਤੇ ਫਿਰ ਕਿ ਉਹ ਆਟਾ ਕਹਿੰਦੇ ਨੇ ਚੀਨੀ, ਇਹ ਤਿੰਨ ਬਰੋਬਰ ਪਾਣੀਆਂ ਨੇ। ਜੇ ਇੱਕ ਪਾਈਆ ਚੀਨੀ ਹੈ ਤਾਂ ਪਾਈਆ ਕਿਉਂ ਹੋਵੇਗਾ, ਪਾਇਆ ਹੀ ਆਟਾ ਹੋਵੇਗਾ। ਤੇ ਇੱਕ ਸੇਰ ਪਾਣੀ ਹੋਵੇਗਾ, ਚਾਰ ਹਿੱਸੇ ਪਾਣੀ ਪਾਇਆ ਜਾਣਾ, ਚਾਰ ਹਿੱਸੇ ਪਾਣੀ ਪਾਣੇ। ਬਜ਼ੁਰਗ ਮਾਤਾਵਾਂ ਬੈਠੀਆਂ ਨੇ, ਕਈ ਲੰਗਰ ਵਿੱਚ ਸੇਵਾ ਕਰਨ ਵਾਲੇ ਗੁਰੂ ਪਿਆਰੇ ਵੀ ਬੈਠੇ ਨੇ। ਜਦੋਂ ਪੁਲਾਅ ਬਣਾਈ ਦਾ ਨਾ ਮਿੱਠੇ ਚਾਵਲ ਹਿਸਾਬ ਹੁੰਦਾ ਕਿ ਜਿਤਨੇ ਤਾਂ ਇਸ ਤਿਉਰੀ ਨਾਲ ਬਣਾਉਂਦੇ ਨੇ ਕਿ ਜਿੰਨੇ ਚਾਵਲ ਹੋਣ ਓਨੀ ਹੀ ਖੰਡ ਪਾਈ ਜਾਵੇ। ਕੁਝ ਲੋਕਾਂ ਦਾ ਖਿਆਲ ਹੈ ਕਿ ਥੋੜੀ ਜਿਹੀ ਘੱਟ ਕਰ ਲਓ, ਤੇ ਜੇ ਜਿੰਨੇ ਚਾਵਲ ਨੇ ਉਸ ਦੇ ਬਰੋਬਰ ਦੀ ਬਜਾਏ ਤੀਸਰਾ ਹਿੱਸਾ, ਇੱਕ ਹਿੱਸਾ ਘੱਟ, ਤਿੰਨ ਹਿੱਸੇ ਚੀਨੀ ਪਾ ਲਓ ਤੇ ਫਿਰ ਠੀਕ ਬਣਨਗੇ। ਤੋ ਬੇਨਤੀ ਕਰ ਰਿਹਾ ਸਾਂ, ਹਰ ਚੀਜ਼ ਦਾ ਇੱਕ ਹਿਸਾਬ ਹੈ, ਉਸੇ ਹਿਸਾਬ ਕਿਤਾਬ ਦੇ ਨਾਲ ਹਰ ਚੀਜ਼ ਸਹੀ ਬਣਦੀ ਹੈ। ਕੜਾ ਪ੍ਰਸ਼ਾਦ ਬਣਾਉਣ ਵੇਲੇ ਪਾਣੀ ਚਾਰ ਹਿੱਸੇ, ਬਾਕੀ ਚੀਜ਼ਾਂ ਬਰੋਬਰ ਨੇ। ਜਿਸ ਮੌਕੇ ਤੇ ਕੜਾ ਪ੍ਰਸ਼ਾਦ ਬਣਾਉਣਾ ਹੈ, ਖਾਸ ਤੌਰ ਤੇ ਆਟਾ ਭੁੰਨਣਾ ਹੈ, ਤਾਂ ਸ੍ਰੀ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਨਾ, ਪਹਿਲਾਂ ਖੋਲ ਸ੍ਰੀ ਵਾਹਿ, ਸੰਪੂਰਨ ਪਾਠ ਜਪਜੀ ਸਾਹਿਬ ਦਾ ਪਾਠ ਕਰਨਾ, ਫਿਰ ਕੜਾ ਪ੍ਰਸ਼ਾਦ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਰੱਖ ਕੇ ਸਾਰੇ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਕਰਨਾ। ਟਕਸਾਲ ਦੀ ਤਾਂ ਇਹ ਮਰਿਆਦਾ ਵੀ ਹੈ ਕਿ ਫਿਰ ਮੂਲ ਮੰਤਰ ਸਲੋਕ ਪੜ੍ਹ ਕੇ, ਜਾਪ ਸਾਹਿਬ ਦਾ ਪਹਿਲਾ ਵਿਚਕਾਰਲਾ ਛੰਦ ਅਤੇ ਅਖੀਰਲਾ ਛੰਦ ਪੜ੍ਹ ਕੇ, ਫਿਰ ਸਲੋਕ ਪੜ੍ਹ ਕੇ, ਫਿਰ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ ਪਿਆਲਾ ਖੋਲ ਸ੍ਰੀ ਵਾਹਿ। ਆਹ ਪੰਜ ਪੌੜੀਆਂ ਦਾ ਰਿਵਾਜ ਤਾਂ ਅਸਾਂ ਬਣਾਇਆ, ਸਾਡੇ ਧਾਰਮਿਕ ਲੋਕਾਂ ਨੇ ਬਣਾਇਆ, ਵੀ ਮਹਾਰਾਜ ਦੇ ਪਾਸ ਬੈਠ ਕੇ ਅਨੰਦ ਸਾਹਿਬ ਪੂਰਾ ਪੜ੍ਹਨ ਦੀ ਬਜਾਏ ਪਿੱਛੋਂ ਪੜ੍ਹ ਦਿਓ ਪੰਜ ਪੌੜੀਆਂ, ਜਲਦੀ ਜਲਦੀ ਕੰਮ ਹੋ ਜਾਵੇ, ਪਿਆਲਾ ਖੋਲ ਸ੍ਰੀ ਵਾਹਿ। ਇਹ ਮਰਿਆਦਾ ਹੈ ਜੋ ਪੁਰਾਤਨ ਤੌਰ ਤੇ ਟਕਸਾਲ ਅੰਦਰ ਚੱਲੀ ਆ ਰਹੀ ਹੈ। ਔਰ ਫਿਰ ਕੋਈ ਕਾਮਨਾ ਹੈ, ਕੋਈ ਭਾਵਨਾ ਹੈ, ਤੇ ਗੁਰੂ ਕੇ ਪੰਜ ਸਿੱਖਾਂ ਨੂੰ ਬੇਨਤੀ ਕਰਨੀ ਹੈ ਕਿ ਉਹ ਗੁਰੂ ਕੀ ਹਜ਼ੂਰੀ ਵਿੱਚ ਖੜੇ ਹੋ ਕੇ ਅਰਦਾਸ ਕਰਨ ਕਿ ਸੱਚੇ ਪਾਤਸ਼ਾਹ ਮੇਰੇ ਤੇ ਐਸ ਸਿੱਖ ਦੇ ਕਾਰਜ ਰਾਸ ਕਰ ਦੇਣੇ, ਪਿਆਲਾ ਖੋਲ ਸ੍ਰੀ ਵਾਹਿ। ਇਸ ਸਿੱਖ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਿਉਂਕਿ ਪੰਜ ਸਿੱਖਾਂ ਵਿੱਚ ਗੁਰੂ ਆਪ ਵਰਤਦਾ ਹੈ, ਪਿਆਲਾ ਖੋਲ ਸ੍ਰੀ ਵਾਹਿ। ਪੰਜ ਸਿੱਖਾਂ ਵਿੱਚ ਸਤਿਗੁਰੂ ਆਪ ਵਰਤਦਾ ਹੈ। ਜਦੋਂ ਪੰਜ ਸਿੱਖ ਅੰਮ੍ਰਿਤ ਛਕਾਉਂਦੇ ਨੇ ਜਾਂ ਅਰਦਾਸ ਕਰਦੇ ਨੇ, ਉਸ ਮੌਕੇ ਤੇ ਜਿਹੜਾ ਸਿੱਖ ਇਹ ਦੇਖੇ ਵੀ ਇਹ ਗਿਆਨ ਸਿੰਘ ਜੀ ਨੇ, ਇਹ ਧਿਆਨ ਸਿੰਘ ਜੀ ਨੇ, ਇਹ ਚਰਨ ਸਿੰਘ ਜੀ ਨੇ, ਇਹ ਫਲਾਣੇ ਸਿੰਘ ਨੇ, ਉਹ ਲੇਖਾ ਖਾ ਜਾਂਦੇ ਨੇ, ਉਸ ਮੌਕੇ ਤੇ ਉਹ ਨਾ ਕੋਈ ਗਿਆਨ ਸਿੰਘ ਹੁੰਦੇ ਨੇ, ਨਾ ਕੋਈ ਧਿਆਨ ਸਿੰਘ ਹੁੰਦੇ ਨੇ, ਉਹ ਸਾਖਿਆਤ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਰੂਪ ਹੁੰਦੇ ਨੇ, ਪਿਆਲਾ ਖੋਲ ਸ੍ਰੀ ਵਾਹਿ। ਇਸ ਲਈ ਇਸ ਨਜ਼ਰੀਏ ਨਾਲ, ਇਸ ਵਿਚਾਰਧਾਰਾ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ। ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੁਕਮ ਕੀਤਾ ਸੀ ਕਿ ਜੇ ਬਹੁਤਾ ਨਹੀਂ ਤਾਂ ਅਰਦਾਸ, ਜਦੋਂ ਕੜਾ ਪ੍ਰਸ਼ਾਦ ਦੀ ਅਰਦਾਸ ਕਰਨੀ ਹੈ, ਇੱਕ ਟਕਾ, ਦੋ ਪੈਸੇ, ਇੱਕ ਟਕਾ ਜ਼ਰੂਰ ਕੜਾ ਪ੍ਰਸ਼ਾਦ ਦੇ ਨਾਲ ਅਰਦਾਸ ਦੇ ਮੌਕੇ ਤੇ ਭੇਟ ਕਰਨਾ, ਤਾਂ ਜੋ ਇਹ ਗੁਰੂ ਕੀ ਮਰਿਆਦਾ, ਗੁਰੂ ਕੀ ਪਰੰਪਰਾ ਹੈ, ਖਾਲੀ ਹੱਥੀ ਨਹੀਂ। ਇਸ ਫਕੀਰ ਨੇ ਵੀ ਆਖਿਆ, ਸੱਚੇ ਪਾਤਸ਼ਾਹ ਮੁਰਸ਼ਦ ਦੇ ਪਾਸ, ਬਜ਼ੁਰਗਾਂ ਦੇ ਪਾਸ, ਵੱਡਿਆਂ ਦੇ ਪਾਸ ਖਾਲੀ ਹੱਥੀ ਨਾ ਜਾਵਾਂ, ਮੈਂ ਹਾਂ ਦਰਵੇਸ਼, ਮੇਰੇ ਪਾਸ ਨਾ ਦਰ ਹੈ ਨਾ ਜ਼ਮੀਨ ਹੈ, ਮੈਂ ਇਹਨਾਂ ਚੀਜ਼ਾਂ ਨੂੰ ਤਾਂ ਰੱਖਦਾ ਨਹੀਂ, ਪਰ ਖਾਲੀ ਹੱਥੀ ਆਉਣਾ ਪਸੰਦ ਮੁਨਾਸਿਬ ਨਹੀਂ ਸਮਝਿਆ, ਇਸ ਲਈ ਆ ਫੁੱਲ ਮਿਲ ਗਏ ਸਨ, ਫੁੱਲ ਲੈ ਕੇ ਆ ਗਿਆ ਹਾਂ, ਪਹਿਲਾਂ ਖੋਲ ਸ੍ਰੀ ਵਾਹਿ, ਫੁੱਲ ਲੈ ਕੇ ਆਇਆ ਹਾਂ ਇਹ ਪ੍ਰਵਾਨ ਕਰਨੇ। ਹਜ਼ੂਰ ਮੁਸਕਰਾਉਂਦੇ ਰਹੇ, ਫਕੀਰ ਹਜ਼ੂਰ ਦੇ ਕਦਮਾਂ ਵਿੱਚ ਬੈਠਾ ਰਿਹਾ, ਤੇ ਕੁਝ ਦੇਰ ਬੈਠ ਕੇ ਉਹਨੇ ਹਜ਼ੂਰ ਦੇ ਕਦਮਾਂ ਵਿੱਚ ਫਿਰ ਖਲੋ ਕੇ ਬੇਨਤੀ ਕੀਤੀ, ਹਜ਼ੂਰ ਮੈਂ ਆਪ ਜੀ ਪਾਸ ਇੱਕ ਬੇਨਤੀ ਕਰਨ ਆਇਆ, ਮੈਂ ਇੱਕ ਸੰਦੇਸ਼ ਵਾਹਕ ਹਾਂ, ਸੰਦੇਸ਼ਾ ਲੈ ਕੇ ਆਇਆ, ਮੈਂ ਮੇਰੀ ਜ਼ਿੰਮੇਦਾਰੀ ਸੀ ਕਿ ਮੈਂ ਆਪ ਦੇ ਪਾਸ ਇਹ ਸੰਦੇਸ਼ਾ ਪਹੁੰਚਾ ਦੇਵਾਂ, ਉਸ ਤੇ ਅਮਲ ਕਰਨਾ, ਆਪ ਜੀ ਦੀ ਇੱਛਾ ਹੈ, ਆਪ ਦੀ ਰਜ਼ਾ ਹੈ, ਆਪ ਦੀ ਮਰਜ਼ੀ ਹੈ। ਹਜ਼ੂਰ ਮੁਸਕਰਾ ਰਹੇ ਸਨ, ਆਪ ਜੀ ਨੂੰ ਪਤਾ ਸੀ ਇਹ ਕੌਣ ਵਿਅਕਤੀ ਹੈ, ਕਿਸ ਵਾਸਤੇ ਆਇਆ ਹੈ ਔਰ ਕੀ ਕੁਝ ਕਹਿਣਾ ਚਾਹੁੰਦਾ ਹੈ। ਹਜ਼ੂਰ ਨੇ ਹੁਕਮ ਕੀਤਾ, ਕਹੋ ਫਕੀਰ ਸਾਈ, ਕੀ ਕਹਿਣਾ ਚਾਹੁੰਦੇ ਹੋ, ਕੈਸਾ ਸੰਦੇਸ਼ਾ ਲੈ ਕੇ ਆਏ ਹੋ, ਉਹ ਸੰਦੇਸ਼ਾ ਮੈਂ ਜ਼ਰੂਰ ਸੁਣਨਾ ਚਾਹਾਂਗਾ। ਫਕੀਰ ਨੇ ਕਿਹਾ, ਹਜ਼ੂਰ ਕਾਬੇ ਦੀ ਜ਼ਿਆਰਤ ਕਰਨ ਵਾਸਤੇ ਗਿਆ ਸਾਂ, ਕਾਬੇ ਸ਼ਰੀਫ ਦੀ
ਜ਼ਿਆਰਤ ਕਰਨ ਤੋਂ ਬਾਅਦ ਵਾਪਸ ਆਉਂਦਿਆਂ ਗਰਮੀ ਮਹਿਸੂਸ ਹੋਈ, ਇੱਕ ਨਦੀ ਤੇ ਇਸ਼ਨਾਨ ਕਰਨਾ ਸ਼ੁਰੂ ਕੀਤਾ। ਜਿਉਂ ਹੀ ਮੈਂ ਨਦੀ ਵਿੱਚ ਗੋਤਾ ਮਾਰਿਆ ਤਾਂ ਇੱਕ ਆਦਮੀ ਆਇਆ। ਉਹ ਬੜਾ ਬਲਵਾਨ ਸੀ, ਬੜਾ ਸ਼ਕਤੀ ਵਾਲਾ। ਉਹਦੀ ਅਜੀਬ ਬਨਾਵਟ, ਉਸਦੇ ਸਰੀਰ ਤੇ ਸੱਪ ਹੀ ਸੱਪ ਲਿਪਟੇ ਹੋਏ ਸਨ, ਫੁਕਾਰੇ ਮਾਰਦੇ ਸਨ। ਉਹਦਾ ਸਰੀਰ ਕੰਚਨ ਦੇ ਵਾਂਗ ਚਮਕ ਰਿਹਾ ਸੀ। ਉਹਦੇ ਦੋ ਨੇਤਰ, ਉਹਦੀਆਂ ਦੋਨਾਂ ਅੱਖਾਂ ਹੀਰਿਆਂ ਦੇ ਵਾਂਗ ਚਮਕ ਦਮਕ ਰਹੀਆਂ ਸਨ। ਮੇਰੇ ਨਾ ਚਾਹੁੰਦਿਆਂ ਵੀ ਹੋਇਆ ਮੈਨੂੰ ਉਹ ਖਿੱਚਿਆ ਜਿੱਥੇ ਇੰਜ ਪ੍ਰਤੀਤ ਹੁੰਦਾ ਸੀ ਰਤਨਾ ਜੜਤ ਹੋਣ ਦੇ ਨਾਲ, ਜੋ ਸੁੰਦਰ ਰੂਪ ਦੇ ਨਾਲ, ਸੁੰਦਰ ਵਸਤਰਾਂ, ਸੁੰਦਰ ਜ਼ੇਵਰਾਂ ਦੇ ਨਾਲ ਸੁਭਾਏਮਾਨ ਹੀ ਸੀ। ਮਗਰ ਉਸ ਘਰ ਦੇ ਮਕਾਨ ਦੇ ਅੰਦਰ ਪਹੁੰਚਦਿਆਂ ਹੀ ਉਹਨੇ ਮੇਰੇ ਚਰਨ ਧੋਣੇ ਸ਼ੁਰੂ ਕਰ ਦਿੱਤੇ। ਉਹਨੇ ਮੇਰੇ ਕਦਮ ਧੋਤੇ, ਮੇਰੇ ਪਾ ਮੇਰੀ ਬੜੇ ਸਤਿਕਾਰ ਤੇ ਪਿਆਰ ਨਾਲ ਖਿਦਮਤ ਕੀਤੀ। ਤਾਂ ਉਸ ਮੌਕੇ ਤੇ ਉਸ ਆਦਮੀ ਨੇ ਮੈਨੂੰ ਹੁਕਮ ਕੀਤਾ, ਤੂੰ ਮਾਤ ਲੋਕ ਦੇ ਰਹਿਣ ਵਾਲਾ ਹੈ, ਤੂੰ ਧਰਤੀ ਤੇ ਵਸਣ ਵਾਲਾ ਹੈ, ਖੁਦਾ ਦਾ ਫਕੀਰ ਤੇ ਦਰਵੇਸ਼ ਹੈ, ਮੇਰੇ ਖੁਦਾ ਦੇ ਕਦਮਾਂ ਵਿੱਚ ਇੱਕ ਸੰਦੇਸ਼ਾ ਦੇ ਦੇਣਾ, ਮੇਰੇ ਵੱਲੋਂ ਬੇਨਤੀ ਕਰ ਦੇਣੀ। ਹਜ਼ੂਰ ਕਹਿਣ ਲੱਗੇ, ਉਹ ਕੈਸੀ ਬੇਨਤੀ ਸੀ? ਕਹਿਣ ਲੱਗੇ ਤਾਂ ਕਿ ਜਾ ਅਨੰਦਪੁਰ ਦੀ ਧਰਤੀ ਤੇ ਪਹੁੰਚ ਕੇ ਬਰਦੋ ਆਲਮ ਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਮੇਰਾ ਸੰਦੇਸ਼ਾ ਕਹਿਣਾ, ਮੇਰੀ ਅਰਜ ਕਰਨੀ ਕਿ ਜੋ ਆਪ ਜੀ ਨੇ 9,95,00,000 ਰੁਪਇਆ ਮੇਰੀ ਇੱਕ ਪਤਨੀ, ਮੇਰੀ ਇੱਕ ਇਸਤਰੀ ਦੇ ਪਾਸ ਜਮ੍ਹਾਂ ਕਰਾਇਆ ਸੀ, ਉਹ ਮੇਰੇ ਪਾਸ ਮੌਜੂਦ ਹੈ, ਮੇਰੇ ਪਾਸ ਜਮ੍ਹਾਂ ਹੈ। ਜੋ ਆਪ ਜੀ ਨੇ ਦੂਸਰਾ 1,75,00,000 ਰੁਪਇਆ ਜੋ ਮੇਰੀ ਦੂਸਰੀ ਪਤਨੀ ਦੇ ਪਾਸ ਆਪ ਜੀ ਨੇ ਜਮ੍ਹਾਂ ਕਰਾਇਆ ਸੀ, ਉਹ ਮੇਰੇ ਪਾਸ ਮੌਜੂਦ ਹੈ, ਉਹ ਮੇਰੇ ਪਾਸ ਜਮ੍ਹਾਂ ਹੈ। ਮੈਂ ਚਾਹੁੰਦਾ ਹਾਂ ਇਤਨਾ ਵੱਡਾ ਕਰਜ਼ਾ, ਇਤਨਾ ਵੱਡਾ ਭਾਰ ਮੇਰੇ ਸਿਰ ਤੋਂ ਲੱਥ ਜਾਵੇ ਤੇ ਮੈਂ ਸੁਰਖਰੂ ਹੋ ਜਾਵਾਂ। ਕਿਤੇ ਗੁਰੂ ਕੀ ਰੱਖੀ ਹੋਈ ਅਮਾਨਤ ਮੇਰੀ ਜ਼ਿੰਦਗੀ ਵਿੱਚ ਰਹਿ ਨਾ ਜਾਵੇ, ਮੈਂ ਵਾਪਸ ਕਰ ਨਾ ਸਕਾਂ ਤੇ ਮੇਰੀ ਮੌਤ ਹੋ ਜਾਵੇ। ਪਹਿਲਾਂ ਖੂਬ ਸ੍ਰੀ ਵਾ, ਉਹ ਤੇ ਇੱਕ ਅਰਸ਼ਾਂ ਦਾ ਫਰਿਸ਼ਤਾ ਸੀ, ਮਹਿਸੂਸ ਕਰ ਰਿਹਾ ਸੀ ਗੁਰੂ ਕੀ ਅਮਾਨਤ ਮੇਰੇ ਇਸ ਜੀਵਨ ਵਿੱਚ, ਜੇ ਮੈਂ ਵਾਪਸ ਕਰ ਸਕਾਂ ਤੇ ਮੇਰੀ ਖੁਸ਼ਕਿਸਮਤੀ ਹੋਵੇਗੀ। ਦੁਨੀਆਂ ਭਰ ਵਿੱਚ ਐਸੇ ਸਿੱਖ ਵੀ ਮਿਲ ਜਾਂਦੇ ਨੇ ਜਿਹੜੇ ਗੁਰੂ ਘਰ ਦੀਆਂ ਅਮਾਨਤਾਂ, ਗੁਰੂ ਘਰ ਦਾ ਪੈਸਾ ਆਪਣੇ ਪਾਸ ਹਿਫਾਜ਼ਤ ਲਈ ਰੱਖਦੇ ਨੇ, ਪਰ ਜਦੋਂ ਅਹੁਦੇ ਤੋਂ ਲਾਏ ਜਾਂਦੇ ਨੇ ਮੁੜ ਕੇ ਵਾਪਸ ਨਹੀਂ ਕਰਦੇ। ਪਿਆਲਾ ਖੂਬ ਸ੍ਰੀ ਵਾ, ਐਸੇ ਲੋਕ ਵੀ ਮਿਲਦੇ ਨੇ ਕਿ ਜਿਹੜੇ ਇਹ ਤਾਂ ਮੰਨਦੇ ਨੇ ਹਾਂ ਸਾਡੇ ਪਾਸ ਹੈ ਪਰ ਦੇਣਾ ਨਹੀਂ, ਜਾਓ ਕੀ ਕਰ ਲਵੋਗੇ। ਪਿਆਲਾ ਖੂਬ ਸ੍ਰੀ ਵਾ, ਐਸੇ ਲੋਕ ਵੀ ਮਿਲਦੇ ਨੇ, ਪਰ ਇੱਕ ਨੂਰਾਨੀ ਅਰਸ਼ੀ ਫਰਿਸ਼ਤਾ ਹੈ, ਦੇਵਤਾ ਹੈ ਜਿਹੜਾ ਬੇਨਤੀ ਕਰ ਰਿਹਾ ਜੀ ਮੇਰੇ ਜ਼ਿੰਮੇ ਇਤਨਾ ਗੁਰੂ ਕਾ ਕਰਜ਼ਾ ਹੈ, ਔਰ ਮੈਂ ਉਹਦਾ ਜੋ ਹਿਸਾਬ ਕਿਤਾਬ ਹੈ ਵਿਆਜ ਉਹ ਵੀ ਵਾਪਸ ਕਰਨਾ ਚਾਹੁੰਦਾ ਹਾਂ। ਜਾ ਕੇ ਦਸ਼ਮੇਸ਼ ਪਿਤਾ ਜੀ ਨੂੰ ਇਹ ਸੰਦੇਸ਼ਾ ਦੇ ਦੇਣਾ, ਉਹ ਅਮਾਨਤ ਆਪਣੀ ਵਾਪਸ ਲੈ ਲੈਣ, ਆਪਣਾ ਮੂਲ ਵੀ ਲੈਣ, ਬਾਕੀ ਵੀ ਜੋ ਹਿਸਾਬ ਕਿਤਾਬ ਹੈ ਮੈਂ ਉਹ ਵਾਪਸ ਕਰਨਾ ਚਾਹੁੰਦਾ ਹਾਂ। ਤੂੰ ਆਇਆ ਹੈ ਮੇਰੇ ਵੱਲੋਂ ਮੇਰੇ ਖੁਦਾ ਦੇ ਕਦਮਾਂ ਵਿੱਚ ਬੇਨਤੀ ਕਰ ਦੇਣੀ। ਹਜ਼ੂਰ ਇਹ ਸੰਦੇਸ਼ਾ ਦੇਣ ਤੋਂ ਬਾਅਦ ਮੈਨੂੰ ਉਸੇ ਤਰ੍ਹਾਂ ਬਾਹ ਤੋਂ ਪਕੜ ਕੇ ਫਿਰ ਉਸੇ ਕਿਨਾਰੇ ਤੇ ਬਾਹਰ ਛੱਡ ਗਿਆ ਵੀ ਜਾਓ ਹੁਣ ਤੁਸੀਂ ਜਾ ਸਕਦੇ ਹੋ, ਜਾਓ ਤੁਸੀਂ ਹੁਣ ਜਾ ਸਕਦੇ ਹੋ, ਮੈਂ ਵਾਪਸ ਆ ਗਿਆ ਹਾਂ, ਸੰਦੇਸ਼ਾ ਆਪ ਦੇ ਪਾਸ ਕਹਿ ਦਿੱਤਾ ਹੈ। ਪਰ ਮੈਨੂੰ ਸਮਝ ਨਹੀਂ ਆਈ ਉਹ ਕੌਣ ਸੀ, ਉਹਦੀਆਂ ਪਤਨੀਆਂ ਕੌਣ ਸਨ, ਕਿਹੋ ਜਿਹਾ ਹਿਸਾਬ ਕਿਤਾਬ ਸੀ, ਤੁਸੀਂ ਵੀ ਪੈਸੇ ਜਮ੍ਹਾਂ ਕਰਦੇ ਹੋ? ਪਹਿਲਾਂ ਖੂਬ ਸ੍ਰੀ ਵਾਹ, ਤੁਸੀਂ ਵੀ ਪੈਸੇ ਜਮ੍ਹਾਂ ਕਰਦੇ ਹੋ, ਆਪ ਵੀ ਕੁਝ ਇਕੱਤਰ ਕਰਦੇ ਹੋ? ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਫਕੀਰ ਸਾਈ ਤੂੰ ਆਪਣਾ ਫਰਜ਼ ਅਦਾ ਕਰ ਦਿੱਤਾ, ਤੂੰ ਸੰਦੇਸ਼ਾ ਦੇ ਦਿੱਤਾ, ਹੁਣ ਅਮਾਨਤ ਲੈਣ ਦਾ ਸਵਾਲ ਰਿਹਾ, ਜਦੋਂ ਚਾਹਿਆ ਚਾਹਾਂਗੇ ਉਦੋਂ ਲੈ ਲਵਾਂਗੇ, ਸਾਡੀ ਅਮਾਨਤ ਜਮ੍ਹਾਂ, ਔਰ ਦੇਣ ਵਾਲਾ ਵੀ ਉਹ ਅਮਾਨਤ ਵਾਪਸ ਕਰਨ ਵਾਸਤੇ ਤਿਆਰ ਹੈ, ਐਸੀ ਤਾਂ ਬਾਤ ਨਹੀਂ ਕਿ ਵਾਪਸ ਨਾ ਹੋਵੇ। ਪਿਆਲਾ ਖੋਲ ਸ੍ਰੀ ਵਾ, ਵਾਪਸ ਨਾ ਕੀਤੀ ਜਾ ਸਕੇ, ਐਸੀਆਂ ਮਿਸਾਲਾਂ, ਐਸੀਆਂ ਵੀ ਘਟਨਾਵਾਂ ਹੁੰਦੀਆਂ ਨੇ। ਹਾਂ ਹਜ਼ੂਰ ਮੈਨੂੰ ਇਹ ਤੇ ਦੱਸ ਦਿਓ ਕਿ ਉਹ ਬੰਦਾ ਕੌਣ ਸੀ ਜਿਹੜਾ ਮੈਨੂੰ ਪਾਣੀ ਵਿੱਚ ਲੈ ਗਿਆ, ਫਿਰ ਸੋਨੇ ਦੇ ਮਕਾਨ ਵਿੱਚ ਲੈ ਗਿਆ, ਔਰ ਉਹਦੀਆਂ ਪਤਨੀਆਂ ਕੌਣ ਸਨ? ਹਜ਼ੂਰ ਕਹਿਣ ਲੱਗੇ ਜਿਹੜਾ ਆਦਮੀ ਤੈਨੂੰ ਲੈਣ ਵਾਸਤੇ ਆਇਆ ਸੀ ਉਹ ਸੀ ਸਮੁੰਦਰ, ਵਰਨ ਦੇਵਤਾ, ਜਿਸ ਨੂੰ ਤੁਸੀਂ ਖਵਾਜਾ ਖਿਦਰ ਕਹਿੰਦੇ ਹੋ, ਸਿਰਫ ਨਾਮ ਹੀ ਬਦਲੇ ਜਾਂਦੇ ਨੇ, ਆਦਮੀ ਤੇ ਉਹ ਹੁੰਦੇ ਨੇ। ਪਹਿਲਾਂ ਖੂਬ ਸ੍ਰੀ ਵਾ, ਕਈ ਵਾਰੀ ਲੋਕ ਸਵਾਲ ਕਰਦੇ ਨੇ ਹੁਣ ਕੀ ਹੋਵੇਗਾ, ਮੈਂ ਕਿਹਾ ਹੋਣਾ ਕੀ ਹੈ, ਜਿਸ ਨੂੰ ਜਨਾਬ ਰੀਕਨ ਚਾਹਣਗੇ ਉਹਨੂੰ ਬੈਠਾ ਦੇਣਗੇ, ਪਹਿਲਾਂ ਖੋ ਸ੍ਰੀ ਵਾ, ਜਿਸ ਨੂੰ ਨਹੀਂ ਚਾਹਣਗੇ ਉਸ ਨੂੰ ਨਹੀਂ ਬੈਠਣ ਦੇਣਗੇ।
ਇਉਂ ਇਸੇ ਤਰੀਕੇ ਨਾਲ ਹੀ ਚੱਲਦਾ ਹੈ। ਤੋ ਬੇਨਤੀ ਕੀਤੀ ਜਾ ਰਹੀ ਸੀ, ਨਾਮ ਬਦਲੇ ਜਾਂਦੇ ਨੇ, ਕੰਮ ਉਹੋ ਹੀ ਹੁੰਦਾ, ਸਿਰਫ ਮੋਹਰੇ ਬਦਲੇ ਜਾਂਦੇ ਨੇ, ਨਾਮ ਬਦਲੇ ਜਾਂਦੇ ਨੇ। ਕੋਈ ਖਵਾਜਾ ਖਿਜ਼ਰ ਕਹਿੰਦਾ, ਕੋਈ ਵਰਨ ਦੇਵਤਾ ਕਹਿੰਦਾ, ਕੋਈ ਸਾਗਰ ਕਹਿ ਦਿੰਦਾ। ਹਜ਼ੂਰ ਕਹਿਣ ਲੱਗੇ ਉਹ ਸਾਗਰ ਸੀ, ਸਮੁੰਦਰ ਸੀ, ਪਾਣੀ ਦਾ ਦੇਵਤਾ, ਪਾਣੀ ਦਾ ਵਜ਼ੀਰ, ਖਵਾਜਾ ਖਿਜ਼ਰ। ਤੇ ਫੇਰ ਜੀ ਉਹਦੀਆਂ ਪਤਨੀਆਂ ਕੌਣ ਸਨ? ਹਜ਼ੂਰ ਕਹਿਣ ਲੱਗੇ ਜਿਸ ਦੇ ਪਾਸ 9,95,00,000 ਰੁਪਇਆ ਉਹ ਕਹਿ ਰਿਹਾ ਸੀ ਕਿ ਜਮਾ ਹੈ, ਉਹਦੀ ਪਤਨੀ ਜਿਸਨੇ ਤੇਰੇ ਚਰਨ ਧਵਾਏ ਸਨ ਉਹ ਸਤਲੁਜ ਨਦੀ ਹੈ, ਜਿਸ ਦੇ ਕਿਨਾਰੇ ਤੇ ਬੈਠ ਕੇ ਦਸ਼ਮੇਸ਼ ਪਿਤਾ ਜੀ ਨੇ ਬਹੁਤ ਰਚਨਾਵਾਂ ਕੀਤੀਆਂ, ਔਰ ਜਿਸ ਦੇ ਪਾਣੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਖੰਡੇ ਦੇ ਨਾਲ ਬਾਟੇ ਵਿਚ ਪਾ ਕੇ ਅੰਮ੍ਰਿਤ ਪਾਣੀ ਫੜ ਕੇ ਉਹ ਸਤਲੁਜ ਨਦੀ, ਜਿਸ ਨਦੀ ਦਾ ਪਾਣੀ ਅੰਮ੍ਰਿਤ ਬਣਾ ਦਿੱਤਾ। ਕਹਿੰਦੇ ਨੇ ਕੁਝ ਲੋਕ ਕਹਿੰਦੇ ਨੇ ਉੱਚੀ ਉੱਚੀ ਗੰਗਾ ਕਿ ਤੇਰਾ ਪਾਣੀ ਅੰਮ੍ਰਿਤ, ਪਰ ਉਹ ਗੰਗਾ ਅੰਮ੍ਰਿਤ ਜੀਵਨ ਨਾ ਦੇ ਸਕੀ। ਉਹਨਾਂ ਲੋਕਾਂ ਦੀ ਇੱਜ਼ਤ, ਆਬਰੂ, ਅਣਖ, ਗੈਰਤ ਗਧਨੀ ਦੇ ਵਿਚ ਦੋ ਦੋ ਪੈਸੇ ਨੂੰ ਵਿਕਦੀ ਰਹੀ, ਪਰ ਨਹੀਂ, ਸਤਲੁਜ ਨਦੀ ਦਾ ਜਲ ਅੰਮ੍ਰਿਤ ਬਣਾਇਆ ਗੁਰੂ ਗੋਬਿੰਦ ਸਿੰਘ ਜੀ ਨੇ, ਜਿਸ ਨੇ ਹਿੰਦੁਸਤਾਨ ਦੀ ਇੱਜ਼ਤ ਤੇ ਆਬਰੂ ਨੂੰ ਦੋ ਦੋ ਟਕੇ ਵਿਕਣ ਦੀ ਬਜਾਏ ਮਹਾਨ ਬਣਾ ਦਿੱਤਾ। ਪਿਆਰ ਲੱਖੋ ਸ੍ਰੀ ਵਾਹ, ਜਿਸ ਨੇ ਮਨੁੱਖਤਾ ਨੂੰ ਅਮਰ ਜੀਵਨ ਦਿੱਤਾ, ਅਮਰ ਜ਼ਿੰਦਗੀ ਦਿੱਤੀ, ਹਾਂ ਉਹ ਸਤਲੁਜ ਦੀ ਨਦੀ ਸੀ, ਜਿਸ ਦੇ ਅੰਦਰ ਹਜ਼ੂਰ ਕਹਿਣ ਲੱਗੇ ਜਿਸ ਦੇ ਪਾਸ ਅਸਾਂ 9,95,00,000 ਰੁਪਇਆ ਜਮ੍ਹਾਂ ਕਰਵਾਇਆ ਹੋਇਆ ਉਹ ਸੀ। ਤੇ ਦੂਸਰੀ, ਹਜ਼ੂਰ ਕਹਿਣ ਲੱਗੇ ਦੂਸਰੀ ਵੀ ਇੱਕ ਨਦੀ ਸੀ, ਕਿਉਂਕਿ ਗੋਦਾਵਰੀ ਸਮੁੱਚਾ ਨਾਮ ਹੈ, ਗੰਗਾ ਗੋਦਾਵਰੀ, ਗੰਗਾ ਗੋਦਾਵਰੀ ਜਿੱਥੇ ਹਜ਼ੂਰ ਨੇ ਆਪਣਾ ਸਦੈਵੀ ਨਿਵਾਸ ਸਥਾਨ ਬਣਾਇਆ, ਜਿੱਥੇ ਹਜ਼ੂਰ ਹਮੇਸ਼ਾ ਲਈ ਟਿਕ ਕੇ ਬੈਠ ਗਏ। ਪਟਨਾ ਸਾਹਿਬ ਤੋਂ ਚੱਲੇ ਅਨੰਦਪੁਰ, ਅਨੰਦਪੁਰ ਤੋਂ ਚੱਲੇ ਤੇ ਫਿਰ ਸ੍ਰੀ ਹਜ਼ੂਰ ਸਾਹਿਬ, ਗੋਦਾਵਰੀ ਨਦੀ ਦੇ ਕਿਨਾਰੇ ਤੇ ਹਜ਼ੂਰ ਨੇ ਆਪਣਾ ਸਦੈਵੀ ਕਾਲ ਦੀ ਸੁਪਤਨੀ ਜਿਹੜੀ ਹੈ 10,75,00,000 ਰੁਪਇਆ ਜਮ੍ਹਾਂ ਹੈ ਉਹ ਹੈ ਗੋਦਾਵਰੀ ਨਦੀ, ਸਮੁੰਦਰ ਦੀ ਦੂਸਰੀ ਸੁਪਤਨੀ। ਤੇ ਫਿਰ ਹਜ਼ੂਰ ਉਹ ਜਿਹੜੀ ਤੁਸਾਂ ਅਮਾਨਤ ਰੱਖੀ ਹੋਈ ਏ ਉਹ ਕਿਸ ਵਾਸਤੇ ਇੰਨਾ ਪੈਸਾ ਜਮ੍ਹਾਂ ਕਰਾਇਆ, ਇਹਨਾਂ ਰੁਪਇਆ ਕਿਸ ਵਾਸਤੇ ਜਮ੍ਹਾਂ ਕਰਾਇਆ? ਜਦੋਂ ਹਜ਼ੂਰ ਜਮ੍ਹਾਂ ਕਰਾ ਰਹੇ ਸਨ ਸਾਰਾ ਕੁਝ ਇਸ ਸਤਲੁਜ ਨਦੀ ਵਿਚ ਸੁਟਵਾ ਰਹੇ ਸਨ, ਪਰ ਰਾਜੇ ਭੀਮ ਚੰਦ ਨੇ ਆਪਣੀਆਂ ਫੌਜਾਂ ਨੂੰ ਹੁਕਮ ਕੀਤਾ ਕਿ ਗੁਰੂ ਮਹਾਰਾਜ ਨੇ ਇੱਥੇ ਏਡਾ ਵੱਡਾ ਖਜ਼ਾਨਾ ਦੱਬ ਦਿੱਤਾ ਹੈ, ਰਾਤ ਪੁੱਟ ਕੇ ਲੈ ਚਲੀਏ, ਢੋ ਲਈਏ ਸਾਰਾ ਖਜ਼ਾਨਾ। ਸ੍ਰੀ ਗੁਰਪ੍ਰਤਾਪ ਸੂਰ ਗ੍ਰੰਥ ਕਰਤਾ ਲਿਖਦੇ ਨੇ ਸਾਰੀ ਰਾਤ ਪਹਾੜੀ ਰਾਜਿਆਂ ਦੀਆਂ ਫੌਜਾਂ ਪੁੱਟਦੀਆਂ ਰਹੀਆਂ, ਉਹਨਾਂ ਨੂੰ ਇੱਕ ਠੀਕਰੀ ਵੀ ਨਾ ਮਿਲੀ, ਉਹਨਾਂ ਨੂੰ ਇੱਕ ਕੌਡੀ ਵੀ ਨਾ ਮਿਲੀ। ਤਾਂ ਕਹਿੰਦੇ ਨੇ ਪੀਰ ਮਦਾਰ ਪੁੱਛ ਰਿਹਾ ਸੀ, ਹਜ਼ੂਰ ਇੰਨਾ ਰੁਪਇਆ, ਇੰਨਾ ਪੈਸਾ, ਇੰਨੀਆਂ ਚੀਜ਼ਾਂ, 20,00,00,000 ਰੁਪਏ ਤੋਂ ਵੀ ਜ਼ਿਆਦਾ ਆਪਣੇ ਕਿਸ ਵਾਸਤੇ ਜਮ੍ਹਾਂ ਕੀਤਾ ਹੋਇਆ? ਹਜ਼ੂਰ ਕਹਿਣ ਲੱਗੇ ਦੱਸਣ ਵਾਲੀ ਗੱਲ ਤਾਂ ਨਹੀਂ, ਰਾਜ਼ ਰਾਜ਼ ਰਹਿ ਜਾਵੇ ਤਾਂ ਚੰਗਾ ਰਹਿੰਦਾ, ਰਾਜ਼ ਖੁੱਲ ਜਾਵੇ ਤਾਂ ਬਾਤ ਨਹੀਂ ਬਣਦੀ। ਇਸ ਲਈ ਸਿਆਣੇ ਕਹਿੰਦੇ ਨੇ ਜ਼ੁਬਾਨ ਤੋਂ ਗੱਲ ਬਾਹਰ ਨਾ ਨਿਕਲੇ, ਗੱਲ ਉਹ ਆਪਣੀ ਜਿਹੜੀ ਆਪਣੇ ਮੂੰਹ ਵਿਚ ਰਹਿ ਜਾਵੇ, ਜਿਹੜੀ ਦੂਸਰੇ ਤੱਕ ਪਹੁੰਚ ਜਾਵੇ। ਭਾਵੇਂ ਆਮ ਤੌਰ ਤੇ ਕਹਿ ਦੇਈਦਾ ਹੈ, ਹਾਂਜੀ ਤੁਹਾਨੂੰ ਅਸੀਂ ਇਹ ਗੱਲ ਦੱਸ ਰਹੇ ਹਾਂ, ਹਾਂ ਵਪਾਰ ਆਏ ਕਿਸੇ ਨਾਲ ਗੱਲ ਨਾ ਕਰਨੀ, ਪਰ ਗੱਲ ਤਾਂ ਨਿਕਲ ਜਾਵੇਗੀ। ਪਿਆਰ ਨਾਲ ਖੋ ਸ੍ਰੀ ਵਾਹ, ਭਾਵੇਂ ਕਿਸੇ ਨੂੰ ਆਪਣਾ ਸਮਝ ਕੇ ਗੱਲ ਕਹੀ ਦਈਏ, ਬਈ ਗੱਲ ਦੂਸਰੇ ਨਾਲ ਨਹੀਂ ਕਰਨੀ ਪਰ ਗੱਲ ਨਿਕਲ ਜਾਂਦੀ, ਰਾਸ ਰਾਸ ਰਹੇ ਤਾਂ ਬਿਹਤਰ, ਗੱਲ ਜ਼ੁਬਾਨ ਤੋਂ ਨਾ ਨਿਕਲੇ ਤੇ ਬਿਹਤਰ। ਹਜ਼ੂਰ ਕਹਿਣ ਲੱਗੇ ਗੱਲ ਕਹਿਣ ਵਾਲੀ ਨਹੀਂ, ਦੱਸਣ ਵਾਲੀ ਨਹੀਂ, ਪਰ ਪੀਰ ਮਦਾਰ ਨੇ ਆਖਿਆ ਜੀ ਪਤਾ ਨਹੀਂ ਜਦੋਂ ਤੁਸੀਂ ਉਹ ਖਜ਼ਾਨਾ ਕੱਢੋਗੇ ਮੈਂ ਹੋਵਾਂਗਾ ਕਿ ਨਹੀਂ ਹੋਵਾਂਗਾ, ਚਾਹੁੰਦਾ ਹਾਂ ਜੇ ਉਸ ਮੌਕੇ ਤੇ ਏਡਾ ਵੱਡਾ ਖਜ਼ਾਨਾ ਕੱਢੋ ਤਾਂ ਮੈਂ ਵੀ ਤੁਹਾਡੇ ਕੋਲ ਹੋਵਾਂ, ਜਦੋਂ ਤੁਸੀਂ ਉਹ ਬਖਸ਼ੋ ਤਾਂ ਮੈਂ ਵੀ ਕੁਝ ਬਖਸ਼ਿਸ਼ ਲੈ ਜਾਵਾਂ, ਮੈਨੂੰ ਵੀ ਕੁਝ ਪ੍ਰਾਪਤ ਹੋ ਜਾਵੇ। ਹਜ਼ੂਰ ਕਹਿਣ ਲੱਗੇ ਤੇਰੇ ਖਿਆਲ ਵਿੱਚ ਕਿਤਨਾ ਕੁ ਰੁਪਇਆ ਹੋਵੇਗਾ? ਅਖੇ ਜੀ ਬਹੁਤ ਹੈ, 20,00,00,000 ਰੁਪਇਆ, ਕੋਈ ਥੋੜਾ ਜਿਹਾ ਤਾਂ ਨਹੀਂ, 20,00,00,000 ਰੁਪਇਆ ਬਹੁਤ ਹੈ, ਜਿਸ ਦਾ ਕੋਈ ਅੰਦਾਜ਼ਾ ਨਹੀਂ, ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ, 20,00,00,000 ਰੁਪਇਆ। ਤਾਂ ਫਿਰ ਹਜ਼ੂਰ ਕਹਿਣ ਲੱਗੇ ਕਿਤਨਾ ਸਮਾਂ ਇਹਦੇ ਨਾਲ ਗੁਜ਼ਾਰਾ ਕਰ ਸਕਾਂਗੇ? ਹਜ਼ੂਰ ਕਿਤਨੇ ਸਾਲ ਕਿਹਾ ਸਾਰਾ ਬਹੁਤ ਲੰਬੀ ਉਮਰ ਤੱਕ ਵੀ ਮੌਜ ਬਣੀ ਰਹੇਗੀ, 20,00,00,000 ਰੁਪਇਆ ਕਿਤੇ ਮੁੱਕਦਾ? ਹਜ਼ੂਰ ਕਹਿਣ ਲੱਗੇ ਲੈ ਤੂੰ ਰਾਸ ਦੀ ਗੱਲ ਪੁੱਛੀਏ, ਵਕਤ ਆਵੇਗਾ ਜਦੋਂ ਫੇਰ ਸਮਾਂ ਬੀਤੇਗਾ ਧਰਮ ਦੀ ਰੱਖਿਆ ਵਾਸਤੇ, ਫਿਰ ਆਪਣੇ ਆਪ ਨੂੰ ਪ੍ਰਗਟ ਕਰਕੇ ਜਦੋਂ ਅਨੰਦਪੁਰ ਸਾਹਿਬ ਆਪਣੀਆਂ ਇਹਨਾਂ ਫੌਜਾਂ ਨੂੰ ਇਸੇ ਤਰ੍ਹਾਂ ਪ੍ਰਗਟ ਕਰਕੇ ਬੈਠੇਗਾ, ਸਿਰਫ 2.5 ਦਿਨ ਦਾ ਖਰਚਾ ਹੋਵੇਗਾ। ਪਿਆਰ ਨਾਲ ਖੋ ਸ੍ਰੀ ਵਾਹਿਗੁਰੂ।
ਬਈ ਇਨਾ ਇਨਾ ਗੱਫਾ ਸੁਣ ਕੇ ਤਾਂ ਉਂਝ ਜੋਸ਼ ਆ ਜਾਂਦਾ ਹੈ ਜੇਕਾਰਾ ਚੜ੍ਹਦੀ ਕਲਾ ਵਿੱਚ ਛੱਡੀਏ। ਬੋਲ ਹਜ਼ੂਰ ਕਹਿਣ ਲੱਗੇ ਜਦੋਂ ਫੇਰ ਪ੍ਰਗਟ ਹੋਵਾਂਗਾ ਉਸ ਮੌਕੇ ਤੇ ਇਸੇ ਤਰੀਕੇ ਨਾਲ ਪ੍ਰਗਟ ਹੋਣਗੇ ਜਿਸ ਤਰੀਕੇ ਨਾਲ ਆਲੋਪ ਹੋਏ ਜਿਨ੍ਹਾਂ ਨੇ ਉਸ ਮੌਕੇ ਤੇ ਸੀਸ ਭੇਟ ਕੀਤੇ ਸਨ ਉਹ ਫਿਰ ਦੁਬਾਰਾ ਜਨਮੇ ਵਿੱਚ ਨਹੀਂ ਆਉਣਗੇ ਕਿਉਂਕਿ ਜਿਨ੍ਹਾਂ ਨੇ ਗੁਰੂ ਤੋਂ ਆਪਣਾ ਆਪ ਕੋਲ ਕਮਾ ਦਿੱਤਾ ਉਹ ਮਾਂ ਨਾਲ ਕਹਿੰਦੇ ਨੇ ਬਹੁਰ ਹਮ ਕਾਹੇ ਆਵਹੇਂਗੇ ਆਮਨ ਜਾਣਾ ਹੁਕਮ ਤੇ ਸਹਿਕਾ ਹੁਕਮੇ ਬੁੱਝ ਸਮਾਵਹੇਂਗੇ ਮਾਰੂ ਕਬੀਰ ਜੀ ਫਿਰ ਕਿਉਂ ਆਈਏ ਆਉਣ ਦੀ ਜ਼ਰੂਰਤ ਵੀ ਕੀ ਇਸ ਸੰਸਾਰ ਤੇ ਹਜ਼ੂਰ ਕਹਿਣ ਲੱਗੇ ਜਦੋਂ ਫਿਰ ਪ੍ਰਗਟ ਹੋਵਾਂਗਾ ਧਰਮ ਦੀ ਰੱਖਿਆ ਵਾਸਤੇ ਫਿਰ ਆਨੰਦਪੁਰ ਵਿੱਚ ਆ ਕੇ ਇਸ ਕੇਸਗੜ੍ਹ ਦੇ ਸਿੰਘਾਸਨ ਉੱਪਰ ਬੈਠਾਂਗਾ ਉਦੋਂ ਮੇਰੇ ਖਾਲਸੇ ਦਲ ਮੇਰੀ ਅਕਾਲ ਫੌਜ ਮੇਰੇ ਖਾਲਸਾ ਫੌਜ ਦਾ ਸਿਰਫ ਪੀਰ ਮਦਾਰ 2.5 ਦਿਨਾਂ ਦਾ ਖਰਚਾ ਹੋਣਾ 2.5 ਮਹੀਨਿਆਂ ਦਾ ਨਹੀਂ 2.5 ਹਫ਼ਤਿਆਂ ਦਾ 2.5 ਵੀਕਾਂ ਦਾ ਵੀ ਨਹੀਂ ਪਹਿਲਾਂ ਖੋ ਸ੍ਰੀ ਵਾਹ ਇੰਨੀ ਖਾਲਸਾ ਫੌਜ ਹੋਵੇਗੀ ਔਰ ਸਿੱਖ ਤਾਂ ਇੱਕ ਹੀ ਮਾਨ ਨਹੀਂ ਇੱਕ ਸਿੱਖ ਹੀ 1.25 ਲੱਖ ਤੇ ਭਾਰੂ ਹੈ ਜਦੋਂ ਇੰਨੀ ਫੌਜ ਹੋਵੇਗੀ 96 ਲੱਖ ਸ੍ਰੀ ਵਾਹ 96 ਕਰੋੜ ਖਾ ਵਕਤ ਆਵੇਗਾ ਇਹ ਵੱਖਰੀ ਗੱਲ ਹੈ ਅਸੀਂ ਭਾਵੇਂ ਹੋਈਏ ਤਾਂ ਕੀ ਫਰਕ ਧਰਤੀ ਤੇ ਭਾਰ ਜੇ ਨਾ ਹੋਵਾਂਗੇ ਤੇ ਘੱਟ ਤੋਂ ਘੱਟ ਇਸ ਧਰਤੀ ਤੇ ਬੋਝ ਤਾਂ ਨਹੀਂ ਬਣਾਂਗੇ ਕਹਿੰਦੇ ਨੇ ਜੀਤੇ ਰਹੇ ਤੋ ਕਿਆ ਮਰ ਜਾਏ ਤੋ ਕਿਆ ਜੀਂਦੇ ਰਹੀਏ ਇਸ ਦੁਨੀਆਂ ਤੇ ਤਾਂ ਕੀ ਮਰ ਜਾਈਏ ਤੇ ਤਾਂ ਕੀ ਪਿਆਲਾ ਖੋ ਸ੍ਰੀ ਵਾਹ ਪਰ ਹਜ਼ੂਰ ਨੇ ਜੋ ਵਾਅਦੇ ਕੀਤੇ ਨੇ ਹਜ਼ੂਰ ਨੇ ਜੋ ਬਚਨ ਕੀਤੇ ਨੇ ਕਿ ਵਕਤ ਆਵੇਗਾ ਪੀਰ ਮਦਾਰ ਇਨਾ ਰੁਪਇਆ ਮੇਰੇ ਸਿੱਖਾਂ ਦਾ ਮੇਰੀ ਫੌਜ ਦਾ ਸਿਰਫ 2.5 ਦਿਨ ਦਾ ਖਰਚਾ ਹੋਣਾ ਪਿਆਲਾ ਖੋ ਸ੍ਰੀ ਵਾਹ ਤੇ ਲੋਹ ਪ੍ਰਕਾਸ਼ ਵਿੱਚ ਉਹਨਾਂ ਨੇ ਹੋਰ ਇਸ ਨੂੰ ਮਜ਼ਬੂਤ ਕਰ ਦਿੱਤਾ 9 ਲੱਖੀਆ ਰਾਕੀ ਮਿਲੇ ਸਰਾਏ ਤੇ 1 ਲੱਖ 1.25 ਲੱਖ ਹਾਥੀ ਮਿਲੇ ਦੇਹੋ ਇਹ ਅਵਲਾਖ ਇਹ ਲਾਲਚ ਗੁਣ ਤੋ ਕਹਿਓ ਦਾ ਘੋੜਾ ਕਿਤੇ ਸੰਭਾਲਿਆ ਜਾ ਸਕਦਾ ਜੇ ਪਾਈਆ ਅਨਾਜ ਵੀ ਦਈਏ ਕਿਤਨੇ ਲੱਖ ਮਨ ਅਨਾਜ ਹੋ ਜਾਵੇਗਾ ਪਿਆਰ ਲੱਖੋ ਸ੍ਰੀ ਵਾਹ ਤੋ ਹਜ਼ੂਰ ਵਰਣਨ ਕਰ ਰਹੇ ਨੇ ਵਿਚਾਰ ਅਸੀਂ ਅਰਜ਼ ਕਰ ਰਹੇ ਸਾਂ ਸੂਰਬੀਰ ਜਿਹੜੇ ਨੇ ਉਹ ਮੈਦਾਨੀ ਜੰਗ ਦੇ ਅੰਦਰ ਸ਼ੋਭਾ ਪਾਉਂਦੇ ਨੇ ਉਹਨਾਂ ਦੇ ਚਿਹਰੇ ਤੇ ਜਲਾਲ ਹੁੰਦਾ ਉਹਨਾਂ ਦੇ ਚਿਹਰੇ ਤੇ ਖੁਸ਼ੀ ਹੁੰਦੀ ਹੈ ਉਹਨਾਂ ਦੇ ਚਿਹਰੇ ਤੇ ਪ੍ਰਸੰਨਤਾ ਹੋਵੇਗੀ ਸਰ ਛੰਡੇਗੇ ਤੀਰਾਂ ਦੇ ਤਾਂ ਹੀ ਛੱਡਣਗੇ ਸੂਰਬੀਰ ਅਤੇ ਜਦੋਂ ਇਸ ਤਰੀਕੇ ਨਾਲ 9-9 ਲੱਖ ਘੋੜ ਸਵਾਰ ਦਾ ਇਕੱਠਿਆਂ 9 ਲੱਖ ਤੀਰ ਚੱਲੇਗਾ ਜਾਂ 9 ਲੱਖ ਬੰਦੂਕ ਦੀ ਛਿੜਕ ਹੋਵੇਗੀ ਫਿਰ ਧਰਤੀ ਨਹੀਂ ਕੰਬੇਗੀ ਅਸਮਾਨ ਨਹੀਂ ਕੰਬੇਗਾ ਹਾਂ ਐਸਾ ਵਕਤ ਆਵੇਗਾ ਹਜ਼ੂਰ ਨੇ ਇਹ ਸੌਸਾਖੀ ਅੰਦਰ ਔਰ ਲੋਹ ਪ੍ਰਕਾਸ਼ ਅੰਦਰ ਜੋ ਵਿਚਾਰਾਂ ਵਰਣਨ ਕੀਤੀਆਂ ਨੇ ਉਹ ਜ਼ਰੂਰ ਹੋਣਗੀਆਂ ਪਰ ਅਜੇ ਉਹ ਵਕਤ ਕਾਫੀ ਦੂਰ ਹੈ ਪਿਆਰ ਲੱਖੋ ਸ੍ਰੀ ਵਾਹ ਅਜੇ ਸਾਨੂੰ ਕਠਿਨਾਈਆਂ ਵਿੱਚ ਗੁਜ਼ਰਨਾ ਪਵੇਗਾ ਅਜੇ ਮੁਸ਼ਕਲਾਤਾਂ ਦਾ ਸਾਹਮਣਾ ਕਰਨਾ ਪਵੇਗਾ ਅਭੀ ਇਸ਼ਕ ਕੇ ਇਮਤਿਹਾਨ ਔਰ ਵੀ ਹੈ ਇਕਬਾਲ ਜੀ ਮੈਦਾਨੇ ਜੰਗ ਦੇ ਅੰਦਰ ਸੂਰਬੀਰ ਜਿਹੜੇ ਨੇ ਉਹ ਜੁਟਣਗੇ ਯਾਨੀ ਮੁਕਾਬਲਾ ਕਰਨਗੇ ਇਸ ਤਰ੍ਹਾਂ ਸੂਰਬੀਰਾਂ ਦੀਆਂ ਕਿਰਪਾਨਾਂ ਜਿਹੜੀਆਂ ਨੇ ਢਾਲਾਂ ਤੇ ਲੱਗ ਲੱਗ ਕੇ ਸੰਜੋਆਂ ਤੇ ਲੱਗ ਲੱਗ ਕੇ ਔਰ ਲੋਹੇ ਦੇ ਹੇਠਲੇ ਫਲਾਂ ਹਿੱਸਿਆਂ ਸਮੇਤ ਨੇਜਿਆਂ ਤੇ ਲੱਗ ਲੱਗ ਕੇ ਕਿਰਪਾਨਾਂ ਤੇ ਲੱਗ ਲੱਗ ਕੇ ਕਿਰਪਾਨ ਅਸ ਕਿਰਪਾਨ ਟੁੱਟ ਜਾਣਗੇ ਗੱਲ ਗਾਜਹਿਗੇ ਦਾ ਅਰਥ ਵਿਦਵਾਨਾਂ ਨੇ ਜੋ ਕੀਤਾ ਹੈ ਕਹਿੰਦੇ ਨੇ ਗੱਲ ਗਲੇ ਤੋਂ ਗਾਜਹਿ ਗੱਜਣਗੇ ਗਲੇ ਤੋਂ ਐਸੀ ਸੂਰਬੀਰਾਂ ਦੀ ਗਰਜਨਾ ਹੋਵੇਗੀ ਜਿਸ ਨੂੰ ਸਿੰਘ ਨਾਦ ਕਿਹਾ ਜਾਂਦਾ ਜਿਵੇਂ ਸ਼ੇਰ ਦੀ ਗਰਜਨਾ ਹੁੰਦੀ ਹੈ ਸੂਰਬੀਰ ਆਪਣੇ ਗਲੇ ਤੋਂ ਬੋਲ ਕੇ ਮਾਰ ਲਓ ਦੁਸ਼ਮਣ ਜਾਵੇ ਨਾ ਜਾਂ ਇੰਨੀ ਚੜ੍ਹਦੀ ਕਲਾ ਨਾਲ ਜੈਕਾਰਾ ਛੱਡਣਗੇ ਕਿ ਜਿਵੇਂ ਸਿੰਘ ਗਰਜਦਾ ਹੈ ਜਿਵੇਂ ਸ਼ੇਰ ਗਰਜਦਾ ਹੈ ਇਵੇਂ ਉਹਨਾਂ ਦੇ ਜੈਕਾਰਿਆਂ ਦੀ ਗਰਜਨਾ ਹੋਵੇਗੀ ਬੋਲੇ ਸੋ ਨਿਹਾਲ ਇਉਂ ਆਪਣੇ ਗਲਿਆਂ ਤੋਂ ਯਾਨੀ ਕੰਠ ਦੀ ਗਲੇ ਦੀ ਆਵਾਜ਼ ਦੇ ਨਾਲ ਸੂਰਬੀਰ ਧਰਮ ਯੁੱਧ ਦੇ ਅੰਦਰ ਧਰਮ ਦੀ ਰੱਖਿਆ ਲਈ ਗਰਜਣਗੇ ਬੋਲਣਗੇ ਸਿੰਘ ਸ਼ਬਦ ਸਿੰਘ ਨਾਦ ਹੋਵੇਗਾ ਸ਼ੇਰ ਦੀ ਗਰਜਨਾ ਨਾਲ ਉਹ ਗਰਜਣਗੇ ਨਹੀਂ ਭਾਜਾਗੇ ਫਿਰ ਮੈਦਾਨੀ ਜੰਗ ਵਿੱਚੋਂ ਬਹਾਦਰ ਭੱਜਣਗੇ ਨਹੀਂ ਆਪਣੀਆਂ ਕਿਰਪਾਨਾਂ ਨੂੰ ਹੱਥ ਦੇ ਇਸ਼ਾਰੇ ਦੇ ਨਾਲ ਝਾੜ ਦੇਣਗੇ ਦੁਸ਼ਮਣ ਤੇ ਵਾਰ ਕਰਨਗੇ ਹੱਥ ਦੀ ਇਤਨੀ ਸਫਾਈ ਹੋਵੇਗੀ ਅੱਖ ਦੀ ਫਰਕਣ ਅੱਖ ਦੀ ਚਮਕਣਾ ਨਾਲੋਂ ਵੀ ਹੱਥ ਦਾ ਤੇਜ਼ ਵਾਰ ਹੋਵੇਗਾ ਇਸ ਤਰ੍ਹਾਂ ਦੁਸ਼ਮਣਾਂ ਦੇ ਤਾਂ ਸੂਰਬੀਰ ਮਾਰਨਗੇ ਹਾਥੀਆਂ ਉੱਪਰ ਜਿਹੜੀ ਹਾਥੀਆਂ ਤੇ ਸਵਾਰ ਫੌਜ ਹੋਵੇਗੀ ਗੱਜ ਸੈਨਾ ਹਾਥੀ
ਹਾਥੀ ਸੈਨ ਓਹਦੇ ਸੂਰਬੀਰ ਹਾਥੀਆਂ ਦੀਆਂ ਬਾਰੀਆਂ ਤੇ ਬੈਠੇ ਹੋਏ ਜੂਝ ਜਾਣਗੇ ਮਾਰੇ ਜਾਣਗੇ। ਘੋੜਿਆਂ ਉੱਪਰ ਜਿਹੜੇ ਅਸਵਾਰ ਹੋਣਗੇ ਘੋੜ ਅਸਵਾਰ ਫੌਜ, ਉਹਨਾਂ ਦੇ ਅਸਵਾਰ ਵੀ ਜਿਹੜੇ ਨੇ ਮੈਦਾਨੀ ਜੰਗ ਦੀ ਅੱਗ ਦੀ ਲਾਟ ਵਿੱਚ ਲੂਟ ਜਾਣਗੇ ਸੜ ਜਾਣਗੇ ਭੱਟ ਮਾਰਿਆ ਹੈਗੇ। ਸੂਰਬੀਰ ਜਿਹੜੇ ਨੇ ਉਹ ਮੈਦਾਨੀ ਜੰਗ ਵਿੱਚ ਮਾਰੇ ਜਾਣਗੇ ਭਾਵ ਤਾਰਿਆ ਹੈਗੇ। ਇਸ ਤਰ੍ਹਾਂ ਕਲਕੀ ਅਵਤਾਰ ਦੇ ਹੱਥੋਂ ਮਰ ਮਰ ਕੇ ਸੂਰਬੀਰ ਭਾਵ ਸਾਗਰ ਸੰਸਾਰ ਸਮੁੰਦਰ ਤੋਂ ਤਾਰੇ ਜਾਣਗੇ। ਜਿਨ੍ਹਾਂ ਨੇ ਧਰਮ ਦਾ ਵਿਰੋਧ ਕੀਤਾ ਭਾਵੇਂ ਉਹ ਪਾਪੀ ਸਨ, ਪਰ ਪ੍ਰਭੂ ਦੀ ਪ੍ਰਭੂ ਵੱਲੋਂ ਭੇਜੀ ਹੋਈ ਸ਼ਕਤੀ ਦੇ ਹੱਥੋਂ ਮਾਰੇ ਜਾਣ ਕਰਕੇ ਉਹ ਭਾਵ ਸਾਗਰ ਸੰਸਾਰ ਸਮੁੰਦਰ ਤੋਂ ਤਾਰੇ ਜਾਣਗੇ। ਇੰਜ ਦਸ਼ਮੇਸ਼ ਪਿਤਾ ਜੀ ਉਸ ਸਮੇਂ ਦੀ ਕਥਾ ਆਪਣੀ ਪਵਿੱਤਰ ਕਲਮ ਦੁਆਰਾ ਵਰਣਨ ਕਰ ਰਹੇ ਨੇ, ਲਿਖ ਰਹੇ ਨੇ। ਜਿਹੜਾ ਵਕਤ ਆਉਣ ਵਾਲਾ ਹੈ, ਜੋ ਕੁਝ ਹਜ਼ੂਰ ਨੇ ਲਿਖਿਆ ਹੈ, ਕੁਝ ਹਾਲਾਤ ਸਾਡੇ ਸਾਹਮਣੇ ਵਾਪਰ ਰਹੇ ਨੇ ਔਰ ਕੁਝ ਹਾਲਾਤ ਵਾਪਰਨਗੇ। ਇੰਜ ਹਜ਼ੂਰ ਦਸ਼ਮੇਸ਼ ਪਿਤਾ ਜੀ ਨੇ ਇਹ ਸਾਨੂੰ ਬਖਸ਼ਿਸ਼ ਕੀਤੀ ਕਿ ਜਿਹੜੇ ਇਹ ਜੋ ਵਾਤਾਵਰਨ ਦੀਆਂ ਲਹਿਰਾਂ ਤੂਫਾਨ ਜੋ ਅੱਗ ਬਲ ਰਹੀ ਏ, ਇਸ ਵਾਤਾਵਰਨ ਵਿੱਚ ਅਸੀਂ ਇਸ ਬਾਣੀ ਨੂੰ ਪੜ੍ਹ ਕੇ ਸੁਣ ਕੇ ਵਿਚਾਰ ਕੇ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਕਰ ਸਕੀਏ ਤਾਂ ਸਾਡਾ ਬਚਾਅ ਹੋ ਸਕੇ, ਅਸੀਂ ਬਖਸ਼ਿਸ਼ ਪ੍ਰਾਪਤ ਕਰ ਸਕੀਏ। ਇੰਜ ਸੌ ਸਾਖੀ ਜੋ ਹਜ਼ੂਰ ਨੇ ਸੁਣਾਈ ਤੇ ਸਿੱਖਾਂ ਨੇ ਲਿਖੀ, ਤੇ ਇਹ ਬਾਣੀ ਦਸਮ ਗ੍ਰੰਥ ਚ ਹਜ਼ੂਰ ਨੇ ਆਪ ਲਿਖਿਆ, ਆਪ ਉਚਾਰਨ ਕੀਤਾ, ਉਹ ਵਿਚਾਰ ਆਪ ਦੇ ਨਾਲ ਰੋਜ਼ਾਨਾ ਆਪ ਜੀ ਦੇ ਹੀ ਹੁਕਮ ਮੁਤਾਬਿਕ ਆਰੰਭ ਕੀਤੇ ਸਨ, ਆਪ ਜੀ ਦੇ ਨਾਲ ਸਾਂਝੇ ਕੀਤੇ ਜਾਂਦੇ ਨੇ। ਸਮਾਂ ਹੋ ਚੁੱਕਾ ਹੈ, ਅੱਜ ਦਾ ਵਿਚਾਰ ਇੱਥੇ ਹੀ ਸਮਾਪਤ ਕਰਨ ਦੀ ਆਪ ਜੀ ਤੋਂ ਆਗਿਆ ਚਾਹਾਂਗਾ। ਸੰਤਾਂ ਵੱਲੋਂ ਕਥਾ ਦੇ ਸੰਬੰਧ ਵਿੱਚ ਬਿਨ ਸੇਵਾ ਆਈਏ ਸੱਚੇ ਪਾਤਸ਼ਾਹ ਜੀ ਸਰਬਾਦੀ ਕਾਲਣਾ ਥਾਂ ਪਾਣ ਜੀ। ਹੈਲੋ ਜੈ ਗੇ ਪੱਟ ਮਾਰੀਏ ਗੇ ਬਾਬ ਤਾਰੀਏ ਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦਿਵ ਦੇਖਾ ਗੇ ਜਹ ਲੇਖਾ ਗੇ, ਧਨ ਪਾਖ ਗੇ ਚਿਤ ਰੱਖ ਗੇ। ਜੈ ਕਾਰਨ ਹੈ ਅਰ ਹਾਰਨ ਹੈ, ਖਲ ਖੰਡਨ ਹੈ ਮੈਂ ਮੰਡਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁੰਦਰਤਾ ਸੁੰਦਰਤਾ ਹੀ, ਸੁੰਦਰਤਾ ਕਦੇ ਕਮਲ ਦੇ ਫੁੱਲ ਦੇ ਰੂਪ ਵਿੱਚ ਮਨੁੱਖ ਦਾ ਧਿਆਨ ਆਪਣੀ ਤਰਫ ਖਿੱਚ ਲੈਂਦੀ, ਕਦੇ ਗੁਲਾਬ ਦੇ ਫੁੱਲ ਦੇ ਰੂਪ ਵਿੱਚ ਆਪਣੀ ਰੰਗੀਨਤਾ ਆਪਣੀ ਮਹਿਕ ਦੁਆਰਾ ਚੌਗਿਰਦੇ ਨੂੰ ਪ੍ਰਭਾਵਿਤ ਕਰਦੀ। ਹਰ ਫੁੱਲ ਸੁੰਦਰਤਾ ਦਾ ਪ੍ਰਤੀਕ ਹੈ, ਧਰਤੀ ਦੀ ਸਾਰੀ ਸੁੰਦਰਤਾ ਜੋ ਬਾਹਰੋਂ ਦੇਖਿਆ ਧਰਤੀ ਦੇ ਉੱਪਰ ਖਲੋਤਿਆਂ ਇਹਨਾਂ ਨਿਗਾਹਾਂ ਨਾਲ ਦੇਖਿਆ ਸਿਰਫ ਖਾਕ ਹੋਣ ਦੇ ਕਾਰਨ ਖਾਕੀ ਦੇ ਰੰਗ ਦੇ ਰੂਪ ਵਿੱਚ ਵਿਖਾਈ ਦਿੰਦੀ। ਮਿੱਟੀ ਦਾ ਬਾਹਰਲਾ ਰੰਗ ਕੋਈ ਬਹੁਤੀ ਮਹਾਨਤਾ ਨਹੀਂ ਰੱਖਦਾ। ਲੋਕ ਮਿੱਟੀ ਦੀ ਤਰਫ ਦੇਖ ਕੇ ਮਿੱਟੀ ਹੀ ਸਮਝ ਲੈਂਦੇ, ਪਰ ਮਿੱਟੀ ਦਾ ਖਾਕ ਦਾ ਧਰਤੀ ਦਾ ਅਸਲ ਰੰਗ ਤੇ ਰੂਪ ਕੀ ਹੈ ਉਹ ਫੁੱਲਾਂ ਦੁਆਰਾ ਪ੍ਰਗਟ ਹੁੰਦਾ ਹੈ। ਜਦੋਂ ਬਸੰਤ ਆਉਂਦੀ ਹੈ ਚਾਰ ਚੌਫੇਰੇ ਫੁੱਲ ਹੀ ਫੁੱਲ ਖਿਲੇ ਹੋਏ ਵਿਖਾਈ ਦਿੰਦੇ ਹਨ। ਹਜ਼ੂਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧਰਤੀ ਦੀ ਸੁੰਦਰਤਾ ਨੂੰ, ਧਰਤੀ ਦੇ ਰੰਗ ਅਤੇ ਅਸਲ ਰੂਪ ਨੂੰ ਫੁੱਲਾਂ ਦੀ ਪ੍ਰਫੁੱਲਤਾ ਵਿੱਚ ਪ੍ਰਫੁੱਲਤ ਹੋਇਆ ਦੇਖਿਆ ਤੇ ਫਰਮਾਇਆ, ਦੇਖ ਫੁੱਲ ਫੁੱਲ ਫੁੱਲੇ, ਅਹੰ ਤਿਆਗ ਤਿਆਗੇ, ਚਰਨ ਕਮਲ ਪਾਗੇ, ਪ੍ਰਮਿਲੋ ਤੁਮ ਸੁਭਾਗੇ, ਬਸੰਤ ਰੁੱਤ ਆਈ ਪ੍ਰਫੁੱਲਤਾ ਰਹੇ, ਅਬ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ,
ਅਨਰੂਤ ਨਾਹੀ ਨਾਹੀ ਮਦ ਭਰਮ ਫੂਲੋ ਫੂਲੋ ਬਸੰਤ ਮਹੱਲਾ ਪੰਜਵਾਂ। ਫੁੱਲਾਂ ਦੀ ਸੁੰਦਰਤਾ ਆਪਣੀ ਨਹੀਂ, ਫੁੱਲਾਂ ਦਾ ਰੰਗ ਤੇ ਰੂਪ ਆਪਣਾ ਨਹੀਂ। ਧਰਤੀ ਵਿੱਚੋਂ ਉਹਨਾਂ ਨੂੰ ਰੰਗ ਮਿਲਿਆ, ਧਰਤੀ ਵਿੱਚੋਂ ਹੀ ਉਹਨਾਂ ਨੂੰ ਰੂਪ ਪ੍ਰਾਪਤ ਹੋਇਆ। ਅਸਲ ਵਿੱਚ ਉਹ ਧਰਤੀ ਦੀ ਅੰਦਰੀ ਵੀ ਅੰਦਰਲੀ ਸੁੰਦਰਤਾ ਦਾ ਪ੍ਰਗਟਾਓ ਕਰਦੇ ਹਨ। ਹਾਂ, ਸੁੰਦਰਤਾ ਫੁੱਲਾਂ ਦੇ ਰੂਪ ਵਿੱਚ ਆਪਣੀ ਮਹਾਨਤਾ ਰੱਖਦੀ। ਸੁੰਦਰਤਾ ਕਿਤੇ ਚਾਂਦੀ ਕਿਤੇ ਸੋਨੇ ਦੇ ਰੂਪ ਵਿੱਚ ਵੀ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਗੁਜ਼ਰਦੀ। ਸੁੰਦਰਤਾ ਕਈ ਵਾਰੀ ਸੁੰਦਰ ਪਹਾੜਾਂ ਦੀਆਂ ਪਥਰੀਲੀਆਂ ਸਿਲਾਵਾਂ ਵਿੱਚੋਂ ਵੀ ਚਮਕਦੀ ਹੈ, ਤੇ ਕਈ ਵਾਰੀ ਪਹਾੜਾਂ ਦੀਆਂ ਚੋਟੀਆਂ ਤੇ ਬਰਫ਼ ਦੇ ਟੁਕੜਿਆਂ ਦੇ ਰੂਪ ਵਿੱਚ ਵੀ ਭਾ ਮਾਰਦੀ, ਸਫ਼ੇਦ ਸਫ਼ੇਦ ਭਾ ਮਾਰਦੀ ਵਿਖਾਈ ਦਿੰਦੀ। ਤੇ ਕਿਤੇ ਕਿਤੇ ਸੁੰਦਰਤਾ ਨਦੀਆਂ ਦੇ ਸੁੰਦਰ ਪ੍ਰਵਾਹ ਦੇ ਰੂਪ ਵਿੱਚ, ਬਨਸਪਤੀ ਦੀ ਹਰਿਆਵਲਤਾ ਦੇ ਰੂਪ ਵਿੱਚ ਵੀ ਮਨੁੱਖਤਾ ਦੇ ਸਾਹਮਣੇ ਆਉਂਦੀ। ਪਰ ਉਹ ਹੀ ਸੁੰਦਰਤਾ ਇੱਕ ਮਨੁੱਖ ਦਾ ਰੂਪ ਧਾਰਨ ਕਰਕੇ ਵੀ ਹਰ ਇੱਕ ਦਾ ਧਿਆਨ, ਹਰ ਇੱਕ ਦਾ ਖਿਆਲ ਆਪਣੀ ਤਰਫ ਖਿੱਚ ਲੈਂਦੀ ਹੈ। ਬਾਕੀ ਦੀਆਂ ਸੁੰਦਰਤਾਵਾਂ ਸਿਰਫ ਮਨੁੱਖ ਦੀਆਂ ਅੱਖਾਂ ਤੱਕ ਸੰਬੰਧਿਤ ਹਨ। ਹਰ ਪ੍ਰਕਾਰ ਦੀ ਸੁੰਦਰਤਾ ਮਨੁੱਖ ਦੀਆਂ ਅੱਖਾਂ ਤੱਕ ਸੰਬੰਧਿਤ ਹੈ। ਹਰ ਪ੍ਰਕਾਰ ਦੀ ਸੁੰਦਰਤਾ ਮਨੁੱਖ ਦੀਆਂ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ, ਮਗਰ ਮਨੁੱਖੀ ਸੁੰਦਰਤਾ, ਮਨੁੱਖ ਦੇ ਚਿਹਰੇ ਦੀ ਸੁੰਦਰਤਾ ਮਨੁੱਖ ਦੀਆਂ ਅੱਖਾਂ ਹੀ ਨਹੀਂ, ਮਨੁੱਖ ਦੇ ਮਨ ਨੂੰ, ਮਨੁੱਖ ਦੇ ਦਿਲ ਨੂੰ, ਮਨੁੱਖ ਦੇ ਦਿਮਾਗ ਨੂੰ ਵੀ ਪ੍ਰਭਾਵਿਤ ਕਰਦੀਆਂ ਨੇ। ਪਿਆਰਨਾ ਖੋਸ਼ ਸਰੀਰਕ ਸੁੰਦਰਤਾ, ਮਨੁੱਖੀ ਸੁੰਦਰਤਾ ਮਨੁੱਖ ਦੀਆਂ ਅੱਖਾਂ ਉੱਪਰ ਵੀ ਆਪਣਾ ਪ੍ਰਭਾਵ ਰੱਖਦੀ ਹੈ, ਮਨੁੱਖ ਦੇ ਮਨ ਉੱਪਰ ਵੀ ਪ੍ਰਭਾਵ ਰੱਖਦੀ ਹੈ, ਮਨੁੱਖ ਦੇ ਦਿਮਾਗ ਉੱਪਰ, ਮਨੁੱਖ ਦੇ ਦਿਲ ਉੱਪਰ ਵੀ ਪ੍ਰਭਾਵ ਰੱਖਦੀ ਹੈ। ਤਾਂਹੀਓ ਮਨੁੱਖ ਨੂੰ ਸਮਝਾਇਆ ਸੀ ਇਸ ਸੁੰਦਰਤਾ ਨੂੰ ਲਲਚਾਈਆਂ ਨਿਗਾਹਾਂ ਨਾਲ, ਲਲਚਾਏ ਹੋਏ ਮਨ ਦਿਲ ਦੇ ਨਾਲ ਨਾ ਦੇਖ। ਇਸ ਸੁੰਦਰਤਾ ਵੱਲ ਦੇਖੇਗਾ ਤੇ ਆਪਣੇ ਮਾਰਗ ਤੋਂ ਤੇਰਾ ਪੈਰ ਥਿੜਕ ਜਾਵੇਗਾ।